why don't you shave yourself? I said to him, I think you're the most ignorant headmaster I've come across. I'm a Sikh. The bichara hil gaya. I was the first Sikh in the in that school. Oho school ji, takriban 1600 saal purana hai. ਤੇ ਦੂਜੀ ਜਿਹੜੀ ਗੱਲ ਹੈ ਮੇਰਾ ਹਲੇ ਵੀ ਤਾਲੁਕ ਹੈਗਾ ਆ ਨਰੋਬੀ ਨਾਲ ਤੇ ਉੱਥੇ ਜਿਹੜੇ ਆਪਣੇ ਏਸ਼ੀਅਨ ਲੋਕ ਸੀਗੇ ਵੀ ਵਰ ਗਿਲਟੀ ਆਫ ਡਿਸਕ੍ਰਿਮੀਨੇਸ਼ਨ ਟੂ ਸਮ ਐਕਸਟੈਂਟ ਤੇਰੇ ਜਿਹੜੇ ਆਪਣੇ ਕਾਰੋਬਾਰ ਵਾਲੇ ਸੀਗੇ ਉਹ ਚਾਂਸ ਨਹੀਂ ਦਿੰਦੇ ਸੀਗੇ ਜੇ ਕੋਈ ਕੁਆਲੀਫਾਈਡ ਆਪਣਾ ਅਫਰੀਕਨ ਆ ਜਾਏ ਉਹ ਪਹਿਲਾਂ ਢੂੰਡਦੇ ਸੀਗੇ ਕਿ ਜੀ ਆਪਾਂ ਇੰਡੀਆ ਤੋਂ ਕੋਈ ਮੰਗਾ ਲਈਏ ਸੋ ਆਹ ਜਿਹੜੀ ਗੱਲ ਹੈਗੀ ਆ ਦੇ ਵਾਜ਼ ਡਿਸਕ੍ਰਿਮੀਨੇਸ਼ਨ ਬਾਈ ਅਸ And we have to accept it. ਤੇ ਇੱਥੇ ਜਦੋਂ ਮੈਂ ਪਹਿਲਾਂ ਸਿਟੀ ਚ ਕੰਮ ਸ਼ੁਰੂ ਕੀਤਾ ਆ ਤਾਂ ਉੱਥੇ ਮੈਂ ਦੇਖਿਆ ਸੀਗਾ ਕਿ ਜੱਜ ਮੋਤਾ ਸਿੰਘ ਤਾਂ ਯੂ ਨੋ ਇਜ਼ ਐਨ ਇਨਸਪੀਰੇਸ਼ਨ ਫੋਰ ਆਲ ਆਫ ਅਸ ਇਹਨਾਂ ਨੇ ਜਿਹੜੀ ਗਲਾਸ ਸੀਲਿੰਗ ਤੋੜੀ ਆ ਇਟਸ ਅਮੇਜ਼ਿੰਗ ਪਰ ਦੋ ਤਿੰਨ ਇੰਟਰਵਿਊ ਤੇ ਮੈਨੂੰ ਤਾਂ ਉਹਨਾਂ ਨੇ ਸਾਫ਼ ਪੁੱਛਿਆ ਸੀਗਾ ਕਿ ਸਾਡੀ ਪਾਲਿਸੀ ਹੈਗੀ ਆ ਕਿ ਅਸੀਂ ਵੀ ਡੋਂਟ ਲਾਈਕ ਫੁੱਲ ਬੇਅਰਡਡ ਜੈਂਟਲਮੈਨ ਇਨ ਇਨ ਆਰ ਫਰੰਟ ਆਫਿਸ Are you talking about this country? This country, my dear man, yes. I would be in an interview and I'd have to walk out of the interview and say, okay, well, obviously there's no point in taking this. What do you think, Judge Sahib? Judge Sahib, you're talking about it. I think, Kulwinder, the attitude that you adopted was the right one. I would have done the same. Absolutely. I think the preservation of one's identity is of the utmost importance. Because that is what gives you credence in this world, your identity, preservation of your identity. Or oh, jada bada ignorant aadmi hoga jada tanu jinna san kahega ki why don't you get rid of your turban and your beard? Kyunki jada khas karke 150 200 saal purane talqat Britain de India de naal hai gaya unhon ne te pata ki Sikh keho je log qaum hai ki keho je log hai ne is ka I think your attitude was the right one but then they're not all tarred by the same brush different people duje de view hunde ne lekin ek tada tusi point kiya na jehdi discrimination there's no doubt about it ke eh zarur hai hai assi discriminate african de barkhilaf east africa jo kar de rahe ha main exploitation word use kita si oh kar de rahe hain kyunki je majority of us jehde hage si in a position to exploit those people ਤੇ ਜੇ ਅਫਰੀਕਨਸ ਦੀ ਕੰਪਲੇਂਟ ਹੁੰਦੀ ਸਾਡੇ ਕੇ ਜ਼ਿਆਦਾ ਹੁੰਦੀ ਸੀ ਬਜਾਏ ਕਿ ਅੰਗਰੇਜ਼ਾਂ ਦੇ ਕਿਉਂਕਿ ਅੰਗਰੇਜ਼ਾਂ ਦਾ ਕੰਟੈਕਟ ਉਹਨਾਂ ਦਾ ਘੱਟ ਹੁੰਦਾ ਸੀ ਲੇਕਿਨ ਸਾਡੇ ਥਰੂ ਉਹਨਾਂ ਦੇ ਕੰਟੈਕਟ ਜ਼ਿਆਦਾ ਹੁੰਦੇ ਸੀ ਸੋ ਯੂ ਵਰ ਕੁਆਈਟ ਰਾਈਟ ਅਬਾਊਟ ਦੈਟ ਓਕੇ ਥੈਂਕ ਯੂ ਕੁਲਵਿੰਦਰ ਜੀ ਮੱਚ ਬਲਾਜ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਔਰ ਸੀਮਾ ਬਖਸ਼ ਇਜ਼ ਇਨ ਰੋਚਡੇਲ ਹੈਲੋ ਸੀਮਾ 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 ਇਜ਼ ਨਾਟ ਦੇਅਰ ਲੈਟਸ ਗੋ ਟੂ ਵੇਲਸ ਡਾਕਟਰ ਰੰਧਾਵਾ ਜੀ ਹੈਲੋ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਵੇਂ ਆ ਸਤਿ ਸ੍ਰੀ ਅਕਾਲ ਹਾਂ ਠੀਕ ਹੈ ਹਾਂ ਜੀ ਬਿਲਕੁਲ ਅੱਜ ਜੱਜ ਮੋਤਾ ਸਿੰਘ ਸਾਹਿਬ ਨੂੰ ਵੇਖ ਕੇ ਬੜੀ ਖੁਸ਼ੀ ਹੋਈ ਆ ਭਈ ਇਸ ਪੋਜੀਸ਼ਨ ਤੇ ਉਪੜੇ ਆ ਮਹਾਰਾਜ ਇਹਨਾਂ ਨੂੰ ਹਮੇਸ਼ਾ ਸੁਖੀ ਰੱਖੇ ਬਾਕੀ ਦੋ ਤਿੰਨ ਮੇਰੇ ਬੜੇ ਬਰੀਫ ਕੁਐਸਚਨਸ ਨੇ ਹਾਂ ਜੀ ਦੱਸੋ ਉਹ ਇੱਕ ਤੇ ਇਹ ਆ ਭਈ ਇਹ ਐਗਰੀ ਹੋਣਗੇ ਮੇਰੇ ਨਾਲ ਭਈ ਕੋਈ ਵੀ ਇੰਡੀਵਿਜੂਅਲ ਜਿਹੜਾ ਉਹ ਸਿਸਟਮ ਦੇ ਬਰਖਲਾਫ ਇਜ਼ ਨਾਟ ਏ ਮੈਚ ਸੋ when we say justice it's only fools who seek justice number 2 bhai eh inna ne vi kadi mehsoos kita ho as a secondary citizen in life are we talking about this country acha number 3 is country de mutabik eh aap hi maharaj kuch bhi kar sakda oh jo ਅਫਰੀਕਾ ਚਾਲ ਤੋਂ ਇਹੀ ਸਕਦਾ ਕਿਸੇ ਵਕਤ ਨੂੰ ਸਾਡੇ ਨਾਲ ਵੀ ਉਹ ਵਾਪਰ ਸਕੇ ਪਰ ਇਹ ਜਿਹੜੇ ਜੱਜ ਸਾਹਿਬ ਕਹਿ ਰਹੇ ਆ ਜਾਂ ਹੋਰ ਲਿਸਨਰ ਵੀ ਕੁਝ ਕਹਿੰਦੇ ਆ ਕਿ ਇਹ ਜਿਹੜੇ ਲੋਕ ਹੈਗੇ ਜਿਹੜੇ ਯੂਰੋਪੀਅਨ ਲੋਕ ਆ ਇਹਨਾਂ ਦਾ ਐਟੀਟਿਊਡ ਹੋਰ ਕਿਸਮ ਦਾ ਆ ਔਰ ਬੜੀ ਐਸਟੈਬਲਿਸ਼ਡ ਡੈਮੋਕ੍ਰੇਸੀ ਆ ਇਸ ਕੰਟਰੀ ਦੀ ਐਸਟੈਬਲਿਸ਼ਡ ਸਿਸਟਮ ਹੈ ਔਰ ਇੱਥੇ ਇਹ ਚੀਜ਼ ਪੋਸੀਬਲ ਨਹੀਂ ਹੈ ਕਦੀ ਕੁਝ ਵੀ ਹੋਵੇ ਇਹ ਚੌਥਾ ਪੁਆਇੰਟ ਜਿਹੜਾ ਰੇਜ਼ ਹੁੰਦਾ ਉਹ ਇਹ ਆ ਭਈ ਜਿੰਨਾ ਸਾਨੂੰ ਡੇਂਜਰ ਹੈ ਨਾ ਫੋਰਨਰਸ ਨੂੰ ਔਰ ਖਾਸ ਕਰਕੇ ਆਪਣੇ ਲੋਕਾਂ ਨੂੰ ਸਾਨੂੰ ਆਮ ਤੌਰ ਤੇ ਜਿਹੜਾ ਆਦਮੀ ਸੜਕ ਤੇ ਤੁਰਿਆ ਜਾਂਦਾ ਉਹ ਤੋਂ ਨਹੀਂ ਖਤਰਾ ਜਿਹੜੇ ਬੰਦੇ ਹਾਇਸਟ ਇਨ ਪੋਜੀਸ਼ਨ ਨੇ ਇਨ ਇੰਸਟੀਟਿਊਸ਼ਨਸ ਆਮ ਟਾਕਿੰਗ ਆਫ ਦੈਮ ਆਰ ਯੂ ਟਾਕਿੰਗ ਅਬਾਊਟ ਇੰਸਟੀਟਿਊਸ਼ਨਲ ਰੇਸਿਜ਼ਮ ਵੇਖੋ ਸਾਥੀ ਸਾਹਿਬ ਉਹ ਜਿਹੜੇ ਲੋਕ ਸਾਡੇ ਇਨ ਚੰਗੀ ਪੋਜੀਸ਼ਨ ਚ ਨੇ ਨਾ ਕੋਈ ਡਾਕਟਰਸ ਨੇ ਕੋਈ ਸਮਝੋ ਹਾਇਸਟ ਪੋਜੀਸ਼ਨਸ ਨੇ ਇਨ ਬਿਜ਼ਨਸ ਨੇ ਉਹਨਾਂ ਨੂੰ ਉਹ ਟਾਰਗੇਟ ਲੈਂਦੇ ਆ
ਭਈ ਇਹਨਾਂ ਨੂੰ ਤੁਸੀਂ ਡਿਸਟਰੋਏ ਕਰੋ ਦੈਟਸ ਆ ਡੇਂਜਰਸ ਜੋ ਕੁਛ ਈਸਟ ਅਫਰੀਕਾ ਚ ਹੋਇਆ ਇੱਥੇ ਵੀ ਹੋ ਸਕਦਾ ਹੈ ਲੇਕਿਨ ਅਸੀਂ ਕੋਈ ਇਹੋ ਜਿਹੀ ਦੇਖੋ ਜਿੱਥੇ ਤੱਕ ਕਈ ਹੁਣ ਕ੍ਰੈਡਿਟ ਕਾਰਡ ਦੇ ਪਿੱਛੇ ਜੇ ਦੋ ਤਿੰਨ ਕਾਲਰ ਨੇ ਗੱਲ ਕੀਤੀ ਸੀ ਇਹੋ ਜਿਹੀਆਂ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਨੇ ਉਹ ਹਮੇਸ਼ਾ ਮੁਲਕ ਦੇ ਜਿਹੜੇ ਬੰਦੇ ਹੈਗੇ ਨੇ ਉਹਨਾਂ ਦੀ ਹਮੇਸ਼ਾ ਸ਼ਿਕਾਇਤ ਇਹੀ ਰਹੀ ਹੈ ਜਿਹੜੇ ਬਾਹਰੋਂ ਆਉਂਦੇ ਨੇ ਸਾਡੇ ਕੰਮ ਲੈ ਜਾਂਦੇ ਨੇ ਬਾਹਰੋਂ ਸਾਡੇ ਮਕਾਨ ਲੈ ਜਾਂਦੇ ਸਾਡੀਆਂ ਨੌਕਰੀਆਂ ਜਾਂਦੀਆਂ ਨੇ ਇਹ ਤਾਂ ਉਹਨਾਂ ਦੀ ਸ਼ਿਕਾਇਤ ਰਹਿੰਦੀ ਹੈ ਲੇਕਿਨ ਉਹਦੇ ਵਿੱਚ ਉਹਦੀ ਕੋਈ ਜਸਟੀਫਿਕੇਸ਼ਨ ਨਹੀਂ ਹੈਗੀ ਮੇਰੇ ਵਿਊ ਦੇ ਵਿੱਚ ਜਦੋਂ ਪਹਿਲਾਂ ਯਹੂਦੀ ਇਸ ਮੁਲਕ 'ਚ ਆਏ ਸੀ ਉਹਨਾਂ ਦੇ ਕੋਈ ਬਖਲਾ ਵੀ ਹੋਈ ਸੀ ਕਿ ਸਾਡੇ ਤਾਂ ਕੋਈ ਨੌਕਰੀਆਂ ਲੈ ਗਏ ਸਾਡੇ ਕੰਮ ਲੈ ਗਏ ਸਭ ਕੁਛ ਲੈ ਗਏ ਲੇਕਿਨ ਉਹ ਦੇਖੋ ਕਿਸ ਤਰ੍ਹਾਂ ਉਹ ਯਾਨੀ ਕਿ ਫਲਰਿਸ਼ ਕਰ ਰਹੇ ਨੇ ਸਾਡੇ ਲਾਸਟ 30-40-50 ਈਅਰਸ ਤੁਸੀਂ ਦੇਖੋ ਏਸ਼ੀਅਨ ਇੱਥੇ ਆ ਕੇ ਕਿੰਨੇ ਫਲਰਿਸ਼ ਕਰ ਰਹੇ ਸਾਡੇ ਏਸ਼ੀਅਨ ਇੱਥੇ ਆ ਕੇ ਕੋਈ ਹੋਇਆ ਤੁਸੀਂ ਦੇਖਿਆ ਸੋਚਿਆ ਸੀ ਪਹਿਲਾਂ ਕਿ ਜਦੋਂ ਆਉਣਗੇ ਹੁਣ ਦੇਖੋ ਈਸਟ ਅਫਰੀਕਾ ਜਿਹੜੇ ਏਸ਼ੀਅਨਸ ਆਏ ਨੇ ਠੀਕ ਹੈ ਸਾਰੇ ਪੜ੍ਹੇ ਲਿਖੇ ਸੀ ਸਭ ਕੁਛ ਆਇਆ ਸੀ ਲੇਕਿਨ ਸਾਡੇ ਜਿਹੜੇ ਆਮ ਜਿਹੜੇ ਇੰਡੀਆ ਤੋਂ ਪਾਕਿਸਤਾਨ ਤੋਂ ਬੰਦੇ ਆਏ ਨੇ ਕਿੰਨੇ ਹਾਰਡ ਵਰਕਿੰਗ ਕਿੰਨੀ ਉਹਨਾਂ ਨੇ ਮਿਹਨਤ ਕੀਤੀ ਹੈ ਮਿਹਨਤ ਕਰ ਕਰਕੇ ਉਹਨਾਂ ਨੇ ਆਪਣੇ ਘਰ ਇਸਟੈਬਲਿਸ਼ ਕੀਤੇ ਨੇ ਉਹਨਾਂ ਨੇ ਸਭ ਫੈਮਲੀਆਂ ਨੂੰ ਉੱਪਰ ਲਿਆ ਰਹੇ ਨੇ ਤੁਹਾਡੇ ਖਿਆਲ ਉਹਨਾਂ ਨੂੰ ਕੋਈ ਡਰ ਹੈ ਮੇਰਾ ਖਿਆਲ ਹੀ ਐਸੇ ਜੀ ਕੋਈ ਉਹਨਾਂ ਨੂੰ ਕੋਈ ਇਹੋ ਜਿਹਾ ਡਰ ਹੋ ਸਕਦਾ ਓਕੇ ਚਲੋ ਡਾਕਟਰ ਰੰਧਾਵਾ ਸਾਹਿਬ ਥੈਂਕ ਯੂ ਵੈਰੀ ਮੱਚ ਫੋਰ ਯੋਰ ਕਾਲ ਔਰ ਦੋਸਤੋ ਫਿਰ ਸਾਡੇ ਕੋਲ ਆਏ ਨੇ ਕੌਂਸਲਰ ਬਲਵਿੰਦਰ ਸੌਂਦ ਫਰੋਮ ਮਿਲਫੋਰਡ ਉਹਨਾਂ ਨਾਲ ਗੱਲ ਕਰੀਏ ਹੈਲੋ ਬਲਵਿੰਦਰ ਜੀ ਹੈਲੋ ਸਾਥੀ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਤੁਹਾਡੇ ਦੋਨਾਂ ਵੀਰਾਂ ਤੇ ਬਹੁਤ ਹੀ ਮਾਣ ਕਰਦੇ ਹਾਂ ਕਿ ਸਾਡੇ ਵੀਰ ਇੰਨਾ ਚੰਗਾ ਕੰਮ ਕਰ ਰਹੇ ਆ ਸਪੈਸ਼ਲੀ ਰਜਮੋਤਰ ਸਿੰਘ ਦਸਤਾਰ ਦੇ ਨਾਲ ਇੰਨੀ ਉੱਚੀ ਪੋਜੀਸ਼ਨ ਇਹਨਾਂ ਨੂੰ ਮਿਲੀ ਆ ਜੀ ਤੇ ਮੈਂ ਵੀ ਤੁਹਾਨੂੰ ਕਹਿਣ ਲੱਗੀ ਸੀ ਕਿ ਮੇਰਾ ਜਨਮ ਤਾਂ ਪੰਜਾਬ ਦਾ ਸੀ ਪਰ ਮੈਂ 2 ਸਾਲਾਂ ਦੀ ਸੀ ਜਦੋਂ ਮੈਂ ਵੀ ਕੇਨੀਆ ਜੰਮੀ ਪੱਲੀ ਆ ਰੂਬੀ ਵੈਸਟ ਵੱਲ ਤੇ ਉੱਥੇ ਖਾਲਸਾ ਸਕੂਲ ਹੁੰਦਾ ਸੀ ਉੱਥੇ ਮੈਂ ਕੇਨੀਆ ਪ੍ਰੀਲਿਮਿਨਰੀ ਐਗਜ਼ਾਮ ਕੀਤੇ ਤੇ ਪੰਜਾਬੀ ਸਿੱਖੀ 14 ਸਾਲ ਮੈਂ ਉਦਾਂ ਉਸ ਕੰਟਰੀ ਦੇ ਵਿੱਚ ਕੱਟੇ ਆ ਤੇ 68 ਚ ਮੈਂ ਇੱਥੇ ਆ ਗਈ ਸੀ ਮੈਨੂੰ ਤੇ ਉਹ ਕੰਟਰੀ ਬਹੁਤ ਹੀ ਜਿੱਦਾਂ ਰੋਜ਼ ਪੈਰਾਡਾਈਜ਼ ਲੱਗਦੀ ਸੀ ਆਈ ਸੋ ਇਟ ਟੂ ਰੋਜ਼ ਟਿੰਟਡ ਗਲਾਸਿਸ ਵੈਦਰ ਵੀ ਚੰਗਾ ਸੀ ਉੱਥੇ ਆਪਣੇ ਲੋਕ ਇੱਕ ਦੂਜੇ ਨਾਲ ਰਲ ਮਿਲ ਕੇ ਰਹਿੰਦੇ ਸੀ ਹਿੰਦੂ ਸਿੱਖ ਜ਼ਰੂਰਤ ਪਏਗੀ ਏਦਾਂ ਉੱਥੇ ਬਹੁਤ ਹੀ ਹਾਮ ਨਹੀਂ ਹੁੰਦੀ ਸੀ ਆਪਣੇ ਬਲਵਿੰਦਰ ਜੀ ਮੈਂ ਇਸ ਲਈ ਗੱਲ ਕਹੀ ਹੈ ਕਿ ਜਦੋਂ ਅਸੀਂ ਵੀ ਇਸ ਮੁਲਕ ਵਿੱਚ ਨਵੇਂ ਨਵੇਂ ਆਏ ਸੀ 60s ਦੇ ਵਿੱਚ ਹਾਂਜੀ ਆਵਰ ਪੀਪਲ ਆਰ ਵੈਰੀ ਹੈਲਪਫੁਲ ਟੂ ਈਚ ਅਦਰ ਤੇ ਇੱਕ ਦੂਜੇ ਦੀ ਬੜੀ ਹੈਲਪ ਕਰਦੇ ਸੀ ਮੈਨੂੰ ਕਈ ਵਾਰੀ ਇੰਜ ਮਹਿਸੂਸ ਹੁੰਦਾ ਕਿਉਂਕਿ ਉਸ ਕੰਟਰੀ ਦੇ ਵਿੱਚ ਥੋੜੇ ਸੀਗੇ ਆਪਾਂ ਤੇ ਸਾਡਾ ਮਿਲਵਰਤੋਂ ਜ਼ਿਆਦਾ ਸੀ ਔਰ ਮੈਂ ਇੱਕ ਹੋਰ ਬਿਊਟੀਫੁਲ ਚੀਜ਼ ਇਹ ਦੇਖੀ ਜਿਹੜੇ ਕੀਨੀਆ ਤੋਂ ਲੋਕ ਆਏ ਨੇ ਕਿ ਇਸ ਕੰਟਰੀ ਦੇ ਵਿੱਚ ਵੀ ਉਹ ਇੱਕ ਦੂਜੇ ਨਾਲ ਬੜੇ ਮੋਹ ਨਾਲ ਬੜੇ ਪਿਆਰ ਨਾਲ ਮਿਲਦੇ ਨੇ ਤੇ ਉਹ ਪਿਛਲੀਆਂ ਯਾਦਾਂ ਸਾਂਝੀਆਂ ਕਰਦੇ ਨੇ ਤੇ ਬਾਕੀ ਮੈਂ ਤੁਹਾਨੂੰ ਕਹਿਣ ਲੱਗੀ ਸੀ ਕਿ ਉਸ ਉੱਥੇ ਮੇਰੇ ਫਾਦਰ ਲਾ ਉਹ ਬੰਬੂਰੀ ਸੀਮੈਂਟ ਫੈਕਟਰੀ ਦੇ ਸੁਪਰਵਾਈਜ਼ਰ ਹੁੰਦੇ ਸੀ ਤੇ ਉਹ ਦੱਸਦੇ ਹੁੰਦੇ ਸੀ ਸਾਨੂੰ ਕਿ ਮਿਸਟਰ ਮੋਲਮ ਜਿਹੜਾ ਬੌਸ ਹੁੰਦਾ ਸੀ ਬਹੁਤ ਹੀ ਰਿਸਪੈਕਟ ਕਰਦੇ ਸੀ ਆਪਣੇ ਜਿਹੜੇ ਬੰਦੇ ਆਪਣੇ ਹਾਰਡ ਵਰਕ ਕਰਦੇ ਸੀ ਨਾ ਤੇ ਇੱਕ ਬਾਕੀ ਉਹ ਜਿਹੜਾ ਤੁਹਾਡਾ ਤੁਸੀਂ ਕਹਿ ਰਹੇ ਕਿ ਇਸ ਕੰਟਰੀ ਚੋਂ ਆਪਾਂ ਨੂੰ ਜਾਣਾ ਪਏਗਾ ਮੇਰੀ ਓਪੀਨੀਅਨ ਡਿਫਰੈਂਟ ਆ ਆਪਣੇ ਜੱਜ ਮੋਤਾ ਕੋਲੋਂ ਮੈਂ ਸੋਚਦੀ ਹਾਂ ਕਿ ਆਪਾਂ ਕੇਨੀਆ ਕਿਸੇ ਨੇ ਸੋਚਿਆ ਨਹੀਂ ਸੀਗਾ ਕਿ ਸਾਨੂੰ ਉੱਥੋਂ ਉੱਠਣਾ ਪਏਗਾ ਅਸੀਂ ਉੱਥੇ ਆਪਣੇ ਘਰ ਬਾਰ ਸਾਰਾ ਕੁਛ ਸਰਕਾਰੀ ਕਾਰ ਵਿਹਾਰ ਹੈ ਇਹਦੇ ਬਾਰੇ ਤੁਸੀਂ ਜ਼ਿਆਦਾ ਜਾਣਦੇ ਡੋਂਟ ਯੂ ਥਿੰਕ ਕਿ ਆ ਜਿਹੜੀ ਡੈਮੋਕ੍ਰੇਸੀ ਇਟਸ ਵੈਲ ਐਸਟੈਬਲਿਸ਼ਡ ਔਰ ਇਹਨਾਂ ਦਾ ਜਿਹੜਾ ਕਲਚਰ ਹੈ ਇਹਨਾਂ ਦੀ ਜਿਹੜੀ ਪਹੁੰਚ ਹੈ ਲੋਕਾਂ ਤੱਕ ਬਾਹਰਲੇ ਲੋਕਾਂ ਤੱਕ ਜਿਹੜੀ ਆ ਉਹ ਡਿਫਰੈਂਟ ਆ ਅਫਰੀਕਨਾਂ ਨਾਲੋਂ ਨਹੀਂ ਤੁਸੀਂ ਦੇਖ ਲਓ ਉੱਥੇ ਫਰਾਂਸ ਇਟਲੀ ਦੇ ਵਿੱਚ ਬੀਐਨਪੀ ਦਾ ਕਿੰਨਾ ਰਾਈਜ਼ ਹੋਇਆ ਹੋਇਆ ਉੱਥੇ ਰਾਈਟ ਬਟ ਨੋਬਡੀ ਵਾਸ ਚੈਕਡ ਆਊਟ ਫਰਮ ਦੇਅਰ ਬੀਐਨਪੀ ਦਾ ਰਾਈਜ਼ ਹੋ ਰਿਹਾ ਬਾਕੀ ਡੈਗਨਮ ਵੱਲ ਵੀ ਨਹੀਂ ਪਰ ਇਟਲੀ ਔਰ ਫਰਾਂਸ ਚੋਂ ਉਹਨਾਂ ਨੂੰ ਬਾਹਰ ਤਾਂ ਨਹੀਂ ਲੋਕਾਂ ਨੂੰ ਕੱਢਿਆ ਜਾ ਰਿਹਾ ਜੇ ਨਹੀਂ ਕੱਢਦੇ ਨਹੀਂ ਪਰ ਉਹਨਾਂ ਦੇ ਰਾਈਜ਼ ਕਾਫੀ ਹੋ ਰਹੀ ਆ ਇਸ ਜੇ ਕੰਟਰੀ ਚ ਆਪਾਂ ਅਸਿਮੀਲੇਟ ਹੋ ਕੇ ਰਹੀ ਜਾਈਏ ਨਾ ਜੇ ਆਪਾਂ ਇਹਨਾਂ ਦੇ ਕਮਿਊਨਿਟੀ ਦੇ ਇਹਨਾਂ ਦੇ ਨੱਕ ਦੇ ਵਿੱਚ ਦਮ ਨਾ ਲਿਆਈਏ ਫਿਰ ਆਪਾਂ ਇੱਥੇ ਚੱਲੀ ਚੱਲਾਂਗੇ ਜੇ ਉੱਥੇ ਤੱਕ ਟਾਈਮ ਆ ਗਿਆ ਨਾ ਕਿ ਆਪਾਂ ਇਹਨਾਂ ਨੂੰ ਇੱਕਦਮ ਇੰਟੋਲਰੈਂਟ ਬਣਾ ਦਿੱਤਾ ਆਪਣੇ
ਡਿਮਾਂਡ ਦੇ ਨਾਲ ਛੋਟੀਆਂ ਛੋਟੀਆਂ ਗੱਲਾਂ ਦੇ ਨਾਲ ਤੇ ਜੇ ਤਾਂ ਤੁਸੀਂ ਆਈਡੈਂਟੀਟੀ ਵੀ ਟੇਕ ਓਵਰ ਕਰ ਲਈ ਜੇ ਤਾਂ ਤੁਸੀਂ ਇਹ ਸਮਝੋ ਨਾ ਇਸ ਮੁਲਕ ਰਹਿਣ ਵਾਸਤੇ ਸਾਨੂੰ ਆਪਣੀ ਆਈਡੈਂਟੀਟੀ ਛੱਡਣੀ ਪਏਗੀ, ਸਾਨੂੰ ਆਪਣਾ ਮਜ਼ਹਬ ਛੱਡਣਾ ਪਏ, ਆਪਣੀ ਹੋਂਦ ਛੱਡਣੀ ਪਏਗੀ, ਤਾਂ ਮੈਂ ਉਸ ਦੇ ਹੱਕ ਦੇ ਵਿੱਚ ਨਹੀਂ ਆ, ਕਿਉਂਕਿ ਮੇਰੇ ਵਿਊ ਦੇ 'ਚ ਇਹੋ ਜਿਹੀਆਂ ਕੋਈ ਗੱਲਾਂ ਛੱਡਣੀਆਂ ਨਹੀਂ ਪੈਣੀਆਂ। ਜੋ 150 ਸਾਲ 200 ਸਾਲ ਅੰਗਰੇਜ਼ਾਂ ਨੇ ਉੱਥੇ ਇੰਡੀਆ 'ਤੇ ਰਾਜ ਕੀਤਾ, ਇਹਨਾਂ ਨੇ ਆਪਣਾ ਕੀ ਛੱਡਿਆ ਸੀ ਉੱਥੇ? ਇਹਨਾਂ ਨੇ ਕੁਛ ਨਹੀਂ ਛੱਡਿਆ, ਕੁਛ ਨਹੀਂ ਛੱਡਿਆ। ਮੇਰਾ ਮਤਲਬ ਇਹ ਨਹੀਂ ਕਿ ਆਪਾਂ ਕੁਛ ਛੱਡੀਏ, ਪਰ ਮੈਂ ਸੋਚ ਰਹੀ ਕਿ ਜੇ ਪੋਲੀਟੀਕਲੀ ਸਿਚੁਏਸ਼ਨ ਖਰਾਬ ਹੋ ਗਈ ਨਾ ਇਸ ਕੰਟਰੀ ਦੇ ਵਿੱਚ, ਤੇ ਆਪਾਂ ਨੂੰ ਸ਼ਾਇਦ ਇੱਥੋਂ ਵੀ ਜਾਣਾ ਪਏਗਾ। ਦੈਟਸ ਵਾਟ ਮਾਈ ਵਿਊ ਇਜ਼। ਬਟ ਓਕੇ, ਲੇਕਿਨ ਹੁਣ ਤੁਸੀਂ ਇਸ ਵੇਲੇ ਈਸਟ ਅਫਰੀਕਾ ਦੇਖੋ, ਈਸਟ ਅਫਰੀਕਾ 'ਚ ਇਸ ਵੇਲੇ ਜ਼ਿਆਦਾ ਏਸ਼ੀਅਨ ਰਹਿ ਰਹੇ ਨੇ ਬਜਾਏ ਕਿ ਪ੍ਰੀ ਇੰਡੀਪੈਂਡੈਂਸ ਟਾਈਮ ਤੋਂ। ਅੱਛਾ, ਜਿਹੜੇ ਇੰਡੀਆ ਪਾਕਿਸਤਾਨ ਬਹੁਤ ਨਵੇਂ ਲੋਕ ਕੰਮ ਕਰਨ ਗਏ ਨੇ ਉੱਥੇ ਰਹਿ ਗਏ, ਇਸਟੈਬਲਿਸ਼ ਹੋ ਗਏ ਨੇ ਹੁਣ। ਉਦੋਂ ਸਾਡੇ ਟਾਈਮ 'ਤੇ ਇੰਨੇ ਨਹੀਂ ਸੀ ਹੁੰਦੇ ਜਿੰਨੇ ਹੁਣ ਹੈਗੇ ਨੇ, ਪ੍ਰੋਫੈਸ਼ਨ 'ਚ ਵੀ, ਨੌਕਰੀਆਂ 'ਚ, ਸਭ ਕੁਛ, ਬਿਜ਼ਨਸ ਦੇ ਵਿੱਚ ਵੀ। ਓਕੇ ਬਲਵਿੰਦਰ, ਥੈਂਕ ਯੂ ਵੈਰੀ ਮੱਚ ਫੋਰ ਯੋਰ ਕਾਲ। ਥੈਂਕ ਯੂ ਜੀ, ਮੱਚ ਅਬਲਾਈਜ਼ਡ। ਔਰ ਜੱਜ ਸਾਹਿਬ, ਲੈਟ ਮੀ ਨਾਓ ਥੈਂਕ ਯੂ। ਔਰ ਇੱਕ ਘੰਟੇ ਦਾ ਸਮਾਂ ਬੀਤ ਵੀ ਗਿਆ, ਔਰ ਤੁਹਾਡੀ ਤਬੀਅਤ ਵੀ ਇੰਨੀ ਠੀਕ ਨਹੀਂ ਸੀ, ਉਹ ਫਿਰ ਵੀ ਤੁਸੀਂ ਆ ਗਏ ਮੇਰੇ ਕਹਿਣ 'ਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਤੁਹਾਡੀ ਜਿਹੜੀ ਕੰਟਰੀਬਿਊਸ਼ਨ ਹੈ, ਅੱਜ ਘੱਟ ਟਾਈਮ ਹੈ ਕਿਉਂਕਿ ਤੁਹਾਡੀ ਤਬੀਅਤ ਖਰਾਬ ਹੈ, ਇਸ ਕਰਕੇ ਤੁਸੀਂ ਜਾਣਾ ਚਾਹੁੰਦੇ ਹੋ, ਪਰ ਮੈਨੂੰ ਉਮੀਦ ਹੈ ਕਿ ਜਦੋਂ ਵੀ ਮੈਂ ਤੁਹਾਨੂੰ ਫਿਰ ਯਾਦ ਕਰਾਂ, ਫਿਰ ਤੁਸੀਂ ਆਓਗੇ ਔਰ ਕਿਸੇ ਹੋਰ ਵਿਸ਼ੇ ਦੇ ਉੱਤੇ ਆਪਾਂ ਗੱਲ ਕਰਾਂਗੇ। ਮੈਂ ਤੁਹਾਡਾ ਬਹੁਤ ਹੀ ਆਭਾਰੀ ਹਾਂ, ਬਹੁਤ ਹੀ ਧੰਨਵਾਦ ਤੁਹਾਡਾ ਕਿ ਤੁਸੀਂ ਆਏ ਹੋ। ਸੈਟਲ ਬੀ ਮਾਈ ਪਲੇਜ਼ਰ, ਆਈ ਹੋਪ ਆਈ ਬੀ ਏਬਲ ਟੂ ਸ਼ੇਅਰ ਸਮ ਆਫ ਮਾਈ ਵਿਊਜ਼ ਵਿਦ ਯੂ ਵਿਊਅਰਸ ਐਂਡ ਲਿਸਨਰਸ। ਥੈਂਕ ਯੂ। ਓਕੇ ਦੋਸਤੋ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਦੋਸਤੋ, ਇਹ ਆਪਾਂ ਅਗਲੇ ਘੰਟੇ ਵਿੱਚ ਦਾਖਲ ਹੋਵਾਂਗੇ, ਔਰ ਅਗਲੇ ਆਵਰ ਦੇ ਵਿੱਚ ਸਾਡੇ ਡਿਫਰੈਂਟ ਮਹਿਮਾਨ ਹੋਣਗੇ, ਕਿਉਂਕਿ ਜੱਜ ਸਾਹਿਬ ਦੀ ਤਬੀਅਤ ਠੀਕ ਨਹੀਂ ਸੀ, ਇਹ ਜਾਣਾ ਚਾਹੁੰਦੇ ਨੇ ਵਾਪਸ, ਔਰ ਆਏ ਵੀ ਈਸਟ ਲੰਡਨ ਤੋਂ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਅਗਲੇ ਘੰਟੇ ਦੇ ਵਿੱਚ ਦੋਸਤੋ, ਦਿਲਬਾਗ ਸਿੰਘ ਚਾਨਾ MBE, ਉਹ ਵੀ ਕੀਨੀਆ 'ਚ ਰਹਿ ਚੁੱਕੇ ਨੇ, ਇਸ ਕੰਟਰੀ ਵਿੱਚ ਬੜੀ ਮੁੱਦਤ ਤੋਂ ਰਹਿ ਰਹੇ ਨੇ, ਅਧਿਆਪਕ ਰਹਿ ਚੁੱਕੇ ਨੇ, ਕਮਿਊਨਿਟੀ ਵਰਕਰ ਨੇ, ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਆਪਾਂ ਕਰਾਵਾਂਗੇ ਆਫਟਰ ਦਾ ਬ੍ਰੇਕ। ਦੋਸਤੋ, ਵੈਲਕਮ ਬੈਕ। ਗੱਲਬਾਤ ਪ੍ਰੋਗਰਾਮ ਤੁਸੀਂ ਸਨਰਾਈਜ਼ ਟੈਲੀਵਿਜ਼ਨ ਤੋਂ ਦੇਖ ਰਹੇ ਹੋ, ਮੈਂ ਤੁਹਾਡਾ ਦੋਸਤ ਸਾਥੀ ਲੁਧਿਆਨਵੀ। ਔਰ ਪਿਛਲੇ ਘੰਟੇ ਦੇ ਵਿੱਚ ਓਨਰੇਬਲ ਜੱਜ ਮੋਤਾ ਸਿੰਘ ਜੀ ਸਾਡੇ ਨਾਲ ਸਨ, ਲੇਕਿਨ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ, ਇਸ ਕਰਕੇ ਉਹਨਾਂ ਨੂੰ ਜਾਣਾ ਪੈ ਰਿਹਾ। ਅਤੇ ਵੈਸੇ ਵੀ ਮੇਰੇ ਦੋਸਤ ਆ ਜਿਹੜੇ ਹੁਣ ਆਏ ਨੇ, ਦਿਲਬਾਗ ਸਿੰਘ ਚਾਨਾ ਜੀ, ਔਰ ਚਾਨਾ ਜੀ MBE, ਇਹ ਵੀ ਨਾਲ ਕਹਿਣਾ ਚਾਹੀਦਾ, ਆਫਟਰ ਆਲ ਤੁਹਾਨੂੰ ਜੀ ਕਮਿਊਨਿਟੀ ਸਰਵਿਸਿਜ਼ ਵਾਸਤੇ ਅਵਾਰਡ ਮਿਲਿਆ ਸੀ। ਔਰ ਦਿਲਬਾਗ ਜੀ, ਥੈਂਕ ਯੂ ਵੈਰੀ ਮੱਚ ਫੋਰ ਕਮਿੰਗ। ਔਰ ਦਿਲਬਾਗ ਚਾਨਾ ਜੀ ਬਾਰੇ ਦੋਸਤੋ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਕੀਨੀਆ ਦੇ ਵਿੱਚ ਤੁਸੀਂ ਇੰਨਾ ਚਿਰ ਰਹੇ ਹੋ, ਫਿਰ ਤੁਸੀਂ ਟੀਚਰ ਟ੍ਰੇਨਿੰਗ ਵਾਸਤੇ ਮੇਰੇ ਖਿਆਲ 'ਚ ਇੱਥੇ ਆਏ ਸੀ, ਫਿਰ ਤੁਸੀਂ ਇੱਥੇ ਹੀ ਰਹਿ ਗਏ, ਠੀਕ ਹੈ ਨਾ? ਕਰ ਨਹੀਂ, ਐਸੇ ਨਹੀਂ ਹੈ। ਟੀਚਰ ਟ੍ਰੇਨਿੰਗ ਤੇ ਮੈਂ ਨਾ ਸਾਥੀ ਜੀ ਈਸਟ ਅਫਰੀਕਾ 'ਚ ਨੈਰੋਬੀ 'ਚ ਕੀਤੀ ਸੀ। ਮੇਰਾ ਜਨਮ ਜਿਹੜਾ ਸੀ ਉਹ ਪੰਜਾਬ ਦਾ। ਮੈਂ ਟ੍ਰੇਨਿੰਗ ਕੀਤੀ, ਫਿਰ ਕੋਈ 3 ਸਾਲ ਬਾਅਦ ਮੈਂ ਇੱਥੇ ਪੜ੍ਹਾ ਕੇ ਇੱਥੇ ਆਇਆ ਸੀ ਗਵਰਨਮੈਂਟ ਸਕਾਲਰਸ਼ਿਪ ਤੇ, ਫਿਰ ਵਾਪਸ ਚਲਾ ਗਿਆ 2 ਸਾਲਾਂ ਪਿੱਛੋਂ। ਕੋਈ 3 ਸਾਲ ਬਾਅਦ ਵਾਈਸ ਪ੍ਰਿੰਸੀਪਲ ਬਣ ਗਿਆ ਸੀ ਪ੍ਰਿੰਸੀਪਲ ਸਕੂਲ ਦਾ, ਤੇ ਉਹ ਉੱਥੇ ਪੜ੍ਹਾਉਂਦਾ ਰਿਹਾ। 64 'ਚ ਆਇਆ ਵਾਪਸ। ਅੱਛਾ, ਜਦੋਂ 64 'ਚ ਤੁਸੀਂ ਵਾਪਸ ਆਏ, ਇਹੋ ਜਿਹੀ ਵਧੀਆ ਪੋਜੀਸ਼ਨ ਛੱਡ ਕੇ ਕਿਉਂ ਆਏ? ਵੈਰੀ ਇੰਟਰਸਟਿੰਗ ਕੁਐਸਚਨ। ਅੱਛਾ ਹੈ, ਮੁਸ਼ਕਿਲ ਇਹ ਸੀ ਕਿ ਸਾਥੀ ਜੀ ਜਿਹੜੀਆਂ ਪੋਲੀਟੀਕਲ ਡਿਵੈਲਪਮੈਂਟਸ ਹੋ ਰਹੀਆਂ ਸੀ ਨਾ ਕੀਨੀਆ 'ਚ, ਆਜ਼ਾਦੀ ਆਈ ਨਵੰਬਰ 63 'ਚ ਜੀ, ਜੋਮਾ ਕਨਿਆਤਾ ਦੀ ਡਿਕਲੇਅਰਡ ਪੋਲਿਸੀ ਜਿਹੜੀ ਮੈਂ ਸਮਝਣਾ ਕਿ ਮੇਰੇ ਹਿਸਾਬ ਨਾਲ ਇਹ ਸੀ ਕਿ ਜੋ ਕੁਛ ਉਹ ਕਹਿ ਰਿਹਾ ਉਹ ਦਿਆਨਤਦਾਰੀ ਨਾਲ ਕਹਿ ਰਿਹਾ, ਅਤੇ ਮੈਨੂੰ ਮੇਰੇ ਵਰਗਿਆਂ ਨੂੰ ਉਸ 'ਤੇ ਅਮਲ ਕਰਨਾ ਚਾਹੀਦਾ।
ਉਹ ਇਹ ਕਹਿ ਰਿਹਾ ਸੀਗਾ ਕਿ ਉਹ ਕੀਨੀਆ 'ਚ ਅਫਰੀਕਨਸ ਦੇਖਣਾ ਚਾਹੁੰਦਾ ਨਾ ਕਿ ਏਸ਼ੀਅਨਸ ਮਤਲਬ ਹੈ ਕਿ ਪੋਜੀਸ਼ਨਸ ਜਿਹੜੀਆਂ ਇੰਪੋਰਟੈਂਟ ਪੋਜੀਸ਼ਨਸ ਨੇ ਉਹ ਅਫਰੀਕਨਸ ਕੋਲ ਹੋਣੀਆਂ ਚਾਹੀਦੀਆਂ ਨਾ ਕਿ ਬਾਹਰਲਿਆਂ ਕੋਲ ਠੀਕ ਹੈ ਜਾਣੀ ਜਾਣੀ ਤੁਸੀਂ ਸਮਝਦੇ ਸੀ ਕਿ ਜਿਹੜੀ ਤੁਹਾਡੀ ਪੋਜੀਸ਼ਨ ਹੈ ਉੱਥੇ ਇੰਟੋਲਰੇਬਲ ਹੋ ਜਾਏਗੀ ਉਹ ਵਾਇਬਲ ਨਹੀਂ ਰਹੇਗੀ ਇਟ ਇਜ਼ ਬੈਟਰ ਟੂ ਗੈਟ ਆਊਟ ਨਾਓ ਮੇਰੀ ਪੋਜੀਸ਼ਨ ਆਪਣੀ ਜ਼ਾਤੀ ਤੌਰ ਤੇ ਨਾ ਮੈਂ ਉਹੀ ਅਰਜ਼ ਕਰਨ ਲੱਗੇ ਨਾ ਕਿ ਮੇਰੀ ਆਪਣੀ ਮੈਨੂੰ ਇਹ ਪਤਾ ਸੀ ਕਿ ਮੈਂ ਹੈੱਡ ਮਾਸਟਰ ਉੱਥੇ ਰਿਟਾਇਰ ਹੋ ਸਕਦਾ ਸੀ ਮਗਰ ਮੇਰੇ ਬੱਚਿਆਂ ਦਾ ਫਿਊਚਰ ਜਿਹੜਾ ਹੈਗਾ ਸੀ ਉਹ ਮੈਨੂੰ ਇਹ ਲੱਗਦਾ ਸੀ ਕਿ ਉਹ ਸ਼ਾਇਦ ਨਾ ਠੀਕ ਰਹੇ ਇਸ ਕਰਕੇ ਬਿਫੋਰ ਆਈ ਗੈਟ ਯੂਜ ਟੂ ਆਈਡਲ ਵੇਜ਼ ਮੈਂ ਕਿਹਾ ਕਿ ਹੈੱਡ ਮਾਸਟਰ ਹੀ ਬਣੇ ਰਹੇ ਅਤੇ ਕੰਮ ਨਾ ਕਰ ਸਕੇ ਆਈ ਲੈਫਟ ਮੈਂ ਇਸ ਕਰਕੇ ਛੱਡ ਗਿਆ ਸਾਡੇ ਸਾਂਝੇ ਦੋਸਤ ਚਮਨ ਲਾਲ ਚਮਨ ਜੀ ਜੀ ਉਹ ਵੋਇਸ ਆਫ ਕੀਨੀਆ ਦੇ ਵਿੱਚ ਜਿੰਨੀ ਉਹਨਾਂ ਦੀ ਦੇਣ ਸੀ ਹੋਰ ਦੋਸਤਾਂ ਦੀ ਵੀ ਸੀ ਖੁਸ਼ਕਿਸਮਤੀ ਨਾਲ ਉਹ ਲਾਈਨ 'ਤੇ ਆ ਗਿਆ ਬੜੀ ਅੱਛੀ ਗੱਲ ਹੈ ਔਰ ਚਮਨ ਜੀ ਨਮਸਕਾਰ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਦੋਹਾਂ ਨੂੰ ਸਤਿ ਸ਼੍ਰੀ ਅਕਾਲ ਚਮਨ ਇਸ ਤੋਂ ਪਹਿਲਾਂ ਵੈਸੇ ਮੈਂ ਟੈਲੀਫੋਨ 'ਤੇ ਤਾਂ ਲਟਕ ਰਿਹਾ ਕੋਈ ਕੋਈ ਜਸਟਿਸ ਮੋਤਾ ਸਿੰਘ ਨਾਲ ਵੀ ਗੱਲ ਕਰਨ ਦਾ ਇਰਾਦਾ ਸੀ ਹਾਂ ਲੇਕਿਨ ਉਹਨਾਂ ਦੀ ਤਬੀਅਤ ਬਹੁਤ ਹੀ ਠੀਕ ਨਹੀਂ ਸੀ ਅਰਜ਼ ਕਰਾਂਗਾ ਕਿ ਉਹ ਜਿੱਦਾਂ ਆਮ ਜ਼ਿੰਦਗੀ ਵਿੱਚ ਮੁਹੱਜ਼ਬ ਬੜੇ ਨਿੱਘੇ ਸੁਹਿਰਦ ਅਤੇ ਇਸੇ ਤਰ੍ਹਾਂ ਤੁਹਾਡੀ ਸਕਰੀਨ 'ਤੇ ਵੀ ਬੜੇ ਚੰਗੇ ਲੱਗੇ ਮੈਨੂੰ ਹਾਂਜੀ ਤਾਂ ਬਹਰਹਾਲ ਹੁਣ ਦਿਲਬਾਗ ਹੁਣੀ ਆ ਗਏ ਨੇ ਤੇ ਇਹਨਾਂ ਦੀ ਮੈਂ ਥੋੜੀ ਜਿਹੀ ਮੈਨੂੰ ਇਜਾਜ਼ਤ ਦਿਓ ਤਾਂ ਕਿਉਂਕਿ ਮੇਰਾ ਪਿਛੋਕੜ ਉੱਥੇ ਦਾ ਹੈ ਬਿਲਕੁਲ ਬਿਲਕੁਲ ਜੀ ਬੜੇ ਸਾਲ ਤੁਸੀਂ ਉੱਥੇ ਰਹੇ ਹੋ ਮਸਲਨ ਇੱਕ ਹਵਾਲਾ ਅੱਜ ਕੱਲ ਦੇ ਜਿਹੜਾ ਨਾ ਸੰਦਰਭ ਦੇ ਵਿੱਚ ਇਹ ਹੈ ਕਿ ਬਰਾਕ ਓਬਾਮਾ ਜ਼ਿਕਰੇ ਖੈਰ ਹੋ ਰਿਹਾ ਅੱਜ ਕੱਲ ਕਿਹਨਾਂ ਬੜੇ ਪੈਮਾਨੇ ਤੇ ਮੈਂ ਤੁਹਾਨੂੰ ਇਹਦੇ ਬਾਰੇ ਤਾਜ਼ਾ ਤਰੀਨ ਇੱਕ ਗੱਲ ਦੱਸਣੀ ਚਾਹੁੰਦਾ ਤੁਹਾਨੂੰ ਪਤਾ ਹੀ ਹੈ ਕਿ ਬਰਾਕ ਓਬਾਮਾ ਦਾ ਸੰਬੰਧ ਹੈ ਲੇਕਿਨ ਤਾਜ਼ਾ ਤਰੀਨ ਗੱਲ ਇਹ ਹੈ ਕਿ ਕੋਗੇਲੋ ਕਮਿਊਨਿਟੀ ਔਰ ਕੇਨੀਆ ਦੇ ਵਿੱਚ ਇਸ ਵੇਲੇ ਬੜੇ ਪੈਮਾਨੇ ਤੇ ਇਹ ਜਸ਼ਨ ਮਨਾਇਆ ਜਾ ਰਿਹਾ ਉਹਨਾਂ ਦੀ ਜਿਹੜੀ ਇਹ ਹੋਰ ਵੱਡੀ ਗੱਲ ਇਹ ਹੋਈ ਹੈ ਕਿ ਸਾਰਾ ਓਬਾਮਾ ਜਿਹੜੀ ਉਹਨਾਂ ਦੀ ਗ੍ਰੈਂਡ ਮਾਮ ਹੈਗੀ ਹੈ ਉਹ ਖਾਸ ਤੌਰ ਤੇ ਇਸ ਤੋਂ ਇਲਾਵਾ ਬ੍ਰਿਟਿਸ਼ ਆਪਣੀ ਅਮੈਰੀਕਨਸ ਨੇ 8 ਵੀਜ਼ੇ ਉਹਨਾਂ ਦੀ ਪਰਿਵਾਰ ਨੂੰ ਉਹਨਾਂ ਦੀ ਜਿਹੜੇ ਹੈਗਾ ਵੀਜ਼ਾ ਹੈਗਾ ਉਹਨਾਂ ਨੂੰ ਗ੍ਰਾਂਟ ਕੀਤੇ ਨੇ ਰਾਈਟ ਔਰ ਐਜ਼ ਅ ਮੈਟਰ ਆਫ ਫੈਕਟ ਜਦੋਂ ਓਬਾਮਾ ਡਿਕਲੇਅਰ ਵੀ ਹੋਏ ਸੀ ਮਤਲਬ ਪ੍ਰੈਜ਼ੀਡੈਂਟ ਮਤਲਬ ਹੋ ਗਿਆ ਸੀ ਕਿ ਉਹ ਜਿੱਤ ਗਏ ਨੇ ਉਦੋਂ ਕੀਨੀਆ ਵਾਜ਼ ਦਾ ਓਨਲੀ ਕੰਟਰੀ ਜਿੱਥੇ ਉਹਨਾਂ ਨੇ ਨੈਸ਼ਨਲ ਹੋਲੀਡੇ ਕੀਤੀ ਸੀ ਹਾਂਜੀ ਸਰਕਾਰੀ ਛੁੱਟੀ ਕੀਤੀ ਸੀ ਮੈਂ ਸਾਥੀ ਜੀ ਇਹ ਗੱਲ ਇਸ ਕਰਕੇ ਇਹਦਾ ਪਿਛੋਕੜ ਦੱਸ ਰਿਹਾ ਇਹਦੀ ਅਹਿਮੀਅਤ ਇਹੀ ਹੈ ਅਗਰ ਭਾਵੇਂ ਉਹ ਓਬਾਮਾ ਹੋਵੇ ਭਾਵੇਂ ਜਸਟਿਸ ਮੋਤਾ ਸਿੰਘ ਹੋਣ ਭਾਵੇਂ ਦਿਲਬਾਗ ਹੋਣੀ ਹੋਣ ਜਿਹੜੀਆਂ ਪ੍ਰਾਪਤੀਆਂ ਨੇ ਇਨਸਾਨ ਦੀਆਂ ਉਹ ਕਿਤੇ ਵੀ ਹੋ ਸਕਦੀਆਂ ਨੇ ਠੀਕ ਔਰ ਦੇਖੋ ਉਹ ਅਮੈਰੀਕਾ ਉੱਥੋਂ ਪੈਦਾ ਹੋਏ ਨੇ ਹੁਣ ਇਸ ਵੇਲੇ ਓਬਾਮਾ ਦੀ ਜਿਹੜੇ ਨਾ ਔਰ ਇਹਦਾ ਪੋਲੀਟੀਕਲ ਤਰੰਗ ਹੈਗਾ ਹੀ ਹੈ ਕਮਰਸ਼ੀਅਲ ਦੇਖੋ ਜੀ ਹੁਣ ਓਬਾਮਾ ਕੀਨੀਆ ਰੂਟਸ ਦੇ ਨਾਂ ਦੇ ਟੂਰਸ ਵੀ ਓਪਰੇਟ ਹੋ ਰਹੇ ਨੇ ਖਾਸ ਤੌਰ ਤੇ 2,500-3,000 ਪਾਉਂਡ ਜੇ ਅਗਰ ਤੁਸੀਂ ਜਾਣਾ ਕਾਫੀ ਦੇਰ ਤੋਂ ਕਹਿੰਦੇ ਹੋ ਲੈ ਜਾਂਦਾ ਮੈਂ ਤੁਹਾਨੂੰ ਆਪਣੇ ਕੰਟੈਕਸਟ ਦੇ ਵਿੱਚ ਤੁਸੀਂ ਗੱਲ ਕਰਕੇ ਕਰੋ ਜੀ ਅਗਰ ਕਿ ਸਾਡੇ ਕੰਟੈਕਸਟ ਦੇ ਵਿੱਚ ਕਿ ਉੱਥੋਂ ਕੀਨੀਆ ਤੋਂ ਲੋਕ ਆਏ ਇੱਥੇ ਆ ਕੇ ਉਹਨਾਂ ਨੇ ਬੜੀ ਸਟਰਗਲ ਕੀਤੀ ਇਸ ਕੰਟਰੀ ਵਿੱਚ ਆ ਕੇ ਔਰ ਸਾਰੇ ਜਿੰਨਿਆਂ ਕਰੂੰ ਮੈਂ ਬਹੁਤ ਸਾਰੇ ਦੋਸਤਾਂ ਨੂੰ ਜਾਣਦਾ ਮੈਂ ਤਾਂ ਨਜ਼ਮ ਵੀ ਲਿਖੀ ਸੀ ਕਿ ਮੇਰੇ ਜ਼ਿਆਦਾ ਦੋਸਤ ਹੈਗੇ ਹੀ ਈਸਟ ਅਫਰੀਕਨ ਈਸਟ ਅਫਰੀਕਾ ਤੋਂ ਆਏ ਹੋਏ ਪੰਜਾਬੀ ਮਤਲਬ ਬੜੀ ਅੱਛੀ ਤਰ੍ਹਾਂ ਦੇ ਨਾਲ ਅਸਟੈਬਲਿਸ਼ ਹੋ ਗਏ ਨੇ ਇਸ ਕੰਟਰੀ ਦੇ ਵਿੱਚ ਆ ਕੇ ਬੜੀ ਉੱਥੇ ਵੀ ਮਿਹਨਤ ਕੀਤੀ ਅਸੀਂ ਗੱਲ ਇਹ ਕਰ ਰਹੇ ਸੀ ਚਮਨ ਜੀ ਪਹਿਲੇ ਹਿੱਸੇ ਦੇ ਵਿੱਚ ਤੁਸੀਂ ਸੁਣਿਆ ਹੀ ਹੋਣਾ ਕਿ ਉੱਥੋਂ ਕਿਉਂ ਅਪਰੂਟ ਹੋਏ ਲੋਕ ਜਿਹਦੇ ਬਾਰੇ ਦਿਲਬਾਗ ਹੋਣਾ ਨੇ ਵੀ ਆਪਣੇ ਰੀਜ਼ਨ ਦੱਸਿਆ ਕਿ ਆਹ ਗੱਲ ਸੀ ਕਿ ਜੇ ਮੈਂ ਚਾਹੁੰਦਾ ਤਾਂ ਮੈਂ ਉੱਥੇ ਹੈੱਡਮਾਸਟਰ ਰਹਿ ਸਕਦਾ ਸੀ ਰਿਟਾਇਰ ਹੋ ਸਕਦੇ ਸੀ ਲੇਕਿਨ ਮੈਂ ਆਪਣੇ ਬੱਚਿਆਂ ਦੇ ਮੁਸਤਕਬਿਲ ਬਾਰੇ ਸੋਚਿਆ ਆਪਣੇ ਬੱਚੇ ਦੇ ਭਵਿੱਖ ਬਾਰੇ ਸੋਚਿਆ ਫਿਰ ਮੈਂ ਇੱਥੇ ਆਇਆ ਲੇਕਿਨ ਕੁਛ ਪਹਿਲੇ ਕਾਲਰ ਇਹ ਵੀ ਕਹਿ ਰਹੇ ਸੀ ਕਿ ਅਸੀਂ ਉੱਥੇ ਜਿਹੜੇ ਜੱਦੀ ਲੋਕ ਸੀਗੇ ਉਹਨਾਂ ਦੇ ਨਾਲ ਵਿਤਕਰਾ ਕਰਦੇ ਰਹੇ ਸਾਥੀ ਜੀ ਔਰ ਇਹ ਨਿੱਜੀ ਹਾਲਾਤ ਤੇ ਡਿਪੈਂਡ ਕਰਦਾ ਜਿੱਦਾਂ ਮੇਰੇ ਹਾਲਾਤ ਵੱਖਰੇ ਸੀ ਇੱਥੇ ਆਉਣ ਦੇ ਇਸੇ ਤਰ੍ਹਾਂ ਦਿਲਬਾਗ ਉਹਨਾਂ ਦੇ ਇੱਥੇ ਆਉਣ ਦੇ ਹਾਲਾਤ ਵੱਖਰੇ ਸੀ ਮਜਬੂਰੀ ਤੌਰ ਤੇ ਸਾਰਿਆਂ ਨੂੰ ਵੱਡਾ ਮੈਂ ਦੇਖਿਆ ਕਿਉਂਕਿ ਬ੍ਰੌਡਕਾਸਟਿੰਗ ਹੋਣ ਦੇ ਨਾਤੇ ਮੈਂ ਦੇਖਿਆ ਤੇ ਏਸ਼ੀਅਨ ਜਿਹੜਾ ਕਲਚਰ ਹੈ ਏਸ਼ੀਅਨ ਕਲਚਰ ਨਹੀਂ ਏਸ਼ੀਅਨ ਨੂੰ ਅੱਛੀ ਤਰ੍ਹਾਂ ਪ੍ਰੋਜੈਕਟ ਨਹੀਂ ਕੀਤਾ ਮੀਡੀਆ ਨੇ ਸਾਰਿਆਂ ਨੂੰ ਵੱਡਾ ਵਿਤਕਰਾ ਇਹ ਹੋਇਆ ਉਸ ਕੰਟਰੀ ਵਿੱਚ ਹਾਂਜੀ
ਉਸ ਦਾ ਵੱਡਾ ਕਾਰਨ ਕੀ ਸੀ ਕਿ ਜਿਹੜਾ ਪ੍ਰੈਸ ਸੀਗਾ ਨਾ, ਖਾਸ ਤੌਰ ਤੇ ਪ੍ਰਿੰਟਿੰਗ ਮੀਡੀਆ ਜਿਹੜਾ ਸੀਗਾ ਉਹਦੇ ਤੇ ਕਾਬਜ਼ ਸਨ, ਗੋਰੇ ਕਾਬਜ਼ ਸਨ, ਉਹਨਾਂ ਨੇ ਆਪਣੇ ਰੰਗ ਦੇ ਵਿੱਚ ਲਿਖਿਆ। ਮਿਸਾਲ ਦੇ ਤੌਰ ਤੇ ਤੁਹਾਨੂੰ ਪਤਾ ਹੀ ਹੈ ਦੋਹਾਂ ਨੂੰ ਕਿ ਪ੍ਰਾਪਤੀਆਂ ਦੇ ਬਾਰੇ ਕਿਹਾ ਜਾਵੇ, ਹੁਣ ਜਸਟਿਸ ਮੋਤਾ ਸਿੰਘ ਇੱਥੋਂ ਗਏ ਨੇ ਔਰ ਜਸਟਿਸ ਚਾਨਣ ਸਿੰਘ ਬੜੇ ਕਰੀਬ ਸਨ ਨਿਆਂ ਦੇ, ਬਲਕਿ ਫਸਟ ਸੈਕਟਰੀ ਸਨ, ਫੋਰਥ ਜਸਟਿਸ ਵੀ ਰਹੇ ਉੱਥੇ ਦੇ। ਚਮਨ ਜੀ ਬ੍ਰੇਕ ਆ ਰਹੀ, ਚਮਨ ਜੀ ਬ੍ਰੇਕ ਆ ਰਹੀ ਹੈ, ਜਾਂ ਹੋਲਡ ਕਰ ਸਕੋਗੇ ਤੁਸੀਂ? ਜ਼ਰੂਰ ਕਰਾਂਗੇ, ਹੋਲਡ ਕਰੋ ਥੋੜੀ, ਇੱਕ ਮਿੰਟ ਹੋਰ ਗੱਲ ਕਰਾਂਗੇ ਤੁਹਾਡੇ ਨਾਲ। ਓਕੇ ਜੀ। ਔਰ ਦੋਸਤੋ ਬ੍ਰੇਕ ਤੇ ਆਪਾਂ ਜਾ ਰਹੇ ਹਾਂ, ਪੰਜਾਬੀ ਗੱਲਬਾਤ ਪ੍ਰੋਗਰਾਮ ਤੁਸੀਂ ਸਨਰਾਈਜ਼ ਟੈਲੀਵਿਜ਼ਨ ਤੇ ਦੇਖ ਰਹੇ ਹੋ, ਔਰ ਥੋੜੀ ਬ੍ਰੇਕ ਤੋਂ ਬਾਅਦ ਆਪਾਂ ਫਿਰ ਮਿਲਦੇ ਹਾਂ। ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਹਰੇਕ ਦਾ ਆਪਣਾ ਆਪਣਾ ਰੀਜ਼ਨ ਹੈ ਅਸੀਂ ਛੱਡਣ ਦਾ ਈਸਟ ਅਫਰੀਕਾ, ਮਗਰ ਬੇਸਿਕ ਰੀਜ਼ਨ ਜਿਹੜਾ ਸਾਡਾ ਸਾਰਿਆਂ ਦਾ ਇਹੀ ਹੈ ਸੀ ਕਿ ਫਿਊਚਰ ਸਾਡਾ ਅਤੇ ਸਾਡੇ ਬੱਚਿਆਂ ਦਾ ਇਸ ਮੁਲਕ 'ਚ ਹੈ ਕਿ ਨਹੀਂ। ਜਿਹੜੇ ਅਫਰੀਕਨ ਲੀਡਰ ਸੀਗੇ, ਜੋਮੋ ਕੈਨਿਆਟਾ ਦੀ ਮੈਂ ਗੱਲ ਕੀਤੀ ਹੈ, ਦੇ ਵਰ ਬੀਇੰਗ ਪਰਫੈਕਟਲੀ ਓਨੈਸਟ। ਉਹਨਾਂ ਨੇ ਦਿਆਨਤਦਾਰੀ ਨਾਲ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਅਸੀਂ ਸਾਰੀਆਂ ਪੋਜੀਸ਼ਨਸ ਵਿੱਚ ਪਹਿਲੋਂ ਅਫਰੀਕਨਸ ਨੂੰ ਦੇਖਣਾ ਚਾਹੁੰਦੇ ਹਾਂ, ਫਿਰ ਦੂਸਰੇ ਜੇ ਕੋਈ ਘਾਟ ਰਹਿੰਦੀ ਹੈ, ਜਿੰਨੀ ਦੇਰ ਹੋਰਨਾਂ ਦੀ ਜ਼ਰੂਰਤ ਹੈ ਉਸ ਨੂੰ ਅਸੀਂ ਰੱਖਾਂਗੇ, ਮਗਰ ਜ਼ਿਆਦਾਤਰ ਅਸੀਂ ਇਹ ਚਾਹੁੰਦੇ ਹਾਂ। ਉਹਦੇ 'ਚ ਕੋਈ ਖਰਾਬੀ ਦੀ ਗੱਲ ਨਹੀਂ ਹੈ, ਮਗਰ ਸਾਨੂੰ ਹਰ ਇੱਕ ਨੂੰ ਇਹ ਸੋਚਣਾ ਪੈ ਰਿਹਾ ਸੀ ਕਿ ਸਾਡਾ ਕੀ ਫਿਊਚਰ ਕਿੱਥੇ ਠੀਕ ਰਹਿ ਸਕਦਾ। ਇਹਦਾ ਮਤਲਬ ਜਿਹੜੀ ਮੌਜੂਦਾ ਸਰਕਾਰਾਂ ਸੀਗੀਆਂ ਉਹਨਾਂ ਦੇਸ਼ਾਂ ਦੇ ਵਿੱਚ, ਤਿੰਨੇ ਦੇਸ਼ਾਂ ਦੇ ਵਿੱਚ, ਤਨਜ਼ਾਨੀਆ, ਯੁਗਾਂਡਾ ਔਰ ਕੀਨੀਆ ਦੇ ਜਿਹੜੇ ਵਸਦੇ ਤੁਸੀਂ ਲੋਕ ਸੀਗੇ, ਉਸ ਲਈ ਤੁਸੀਂ ਇਹ ਜ਼ਰੂਰ ਸੋਚਿਆ ਕਿ ਇਹ ਜਿਹੜੀਆਂ ਉੱਥੋਂ ਦੀਆਂ ਸਰਕਾਰਾਂ ਆ ਉਹ ਇੰਨੀਆਂ ਪੱਕੀਆਂ ਜਾਂ ਇੰਨੀਆਂ ਕੰਸਿਡਰੇਟ ਨਹੀਂ? ਲੈਟਸ ਪੁੱਟ ਇਟ ਦਿਸ ਵੇ। ਨਾ ਨਾ, ਇਹ ਵੀ ਨਹੀਂ ਹੈ। ਵਜ੍ਹਾ ਜਿਹੜੀ ਹੈ ਸਾਥੀ ਜੀ ਉਹ ਹੈ ਕਿ ਅਫਰੀਕਨਸ ਨੂੰ ਕੋਈ ਪੋਜੀਸ਼ਨਸ ਉਦੋਂ ਤੀਕਰ ਆਜ਼ਾਦੀ ਤੋਂ ਪਹਿਲਾਂ ਬਹੁਤ ਘੱਟ ਦਿੱਤੀਆਂ ਜਾਂਦੀਆਂ ਸੀ, ਕਿਉਂਕਿ ਐਜੂਕੇਸ਼ਨ 'ਚ ਵੀ ਘੱਟ ਸਨ, ਅਤੇ ਉਹਨਾਂ ਦੀ ਜਿਹੜੇ ਬਾਹਰਲੇ ਲੋਕ ਸਨ, ਅੰਗਰੇਜ਼ ਹੈਗੇ ਸਨ ਜਾਂ ਏਸ਼ੀਅਨ ਸਨ, ਉਹ ਸਾਰੀਆਂ ਪੋਜੀਸ਼ਨਸ ਵਿੱਚ ਹੈਗੇ ਸਨ, ਜੀ ਭਾਵੇਂ ਪ੍ਰੋਫੈਸ਼ਨਸ ਹੈ ਜਾਂ ਸਿਵਲ ਸਰਵਿਸ ਵਿੱਚ ਹੈ। ਹੁਣ ਉਹਨਾਂ ਨੂੰ ਅਕੋਮੋਡੇਟ ਕਰਨ ਵਾਸਤੇ, ਅਫਰੀਕਨਸ ਨੂੰ ਅਕੋਮੋਡੇਟ ਕਰਨ ਵਾਸਤੇ ਲੀਡਰਸ ਦਾ ਫਰਜ਼ ਬਣਦਾ ਸੀ ਕਿ ਉਹਨਾਂ ਨੂੰ ਜਗ੍ਹਾ ਦਿੱਤੀ ਜਾਏ। ਓਕੇ ਚਮਨ ਜੀ, ਅਗਲਾ ਸਵਾਲ ਇਹ ਹੈ, ਸੋਰੀ ਦਿਲਬਾਗ ਜੀ, ਅਗਲਾ ਸਵਾਲ ਆਪਾਂ ਇਹ ਕਰ ਰਹੇ ਹਾਂ ਆਪਣੇ ਜਿਹੜੇ ਵਿਊਰ ਹੈਗੇ ਨੇ ਕਿ ਇਸ ਕੰਟਰੀ ਵਿੱਚ ਵੀ ਕਿਆ ਇਹੋ ਜਿਹੀ ਸਥਿਤੀ ਆ ਸਕਦੀ ਹੈ ਕਿ ਇੱਥੇ ਰਹਿਣਾ ਮੁਸ਼ਕਲ ਹੋ ਜਾਏ? ਨਹੀਂ, ਇੱਕ ਥੋੜ੍ਹੀ ਜਿਹੀ ਮੈਂ ਗੱਲ ਦੱਸ ਕਰਨਾ ਚਾਹੁੰਦਾ, ਜਦੋਂ ਆਜ਼ਾਦੀ ਤੋਂ ਬਾਅਦ ਜਿਹੜੇ ਉਹਨਾਂ ਨੇ ਡਿਕਲੇਅਰ ਕੀਤਾ ਨਾ ਸਰਕਾਰ ਨੇ, ਉਹਨਾਂ ਨੇ ਪੋਲਿਸੀ ਸੀ ਅਫਰੀਕਨਾਈਜ਼ੇਸ਼ਨ ਦੀ, ਔਰ ਮੈਂ ਇਹ ਸਮਝਦਾ ਕਿ ਮੇਰੇ ਕੋਲ ਆਜ਼ਾਦੋ ਸ਼ੁਮਾਰ ਤਾਂ ਇਸ ਵੇਲੇ ਨਹੀਂ ਹੈ, ਜਿੰਨੇ ਆਪਣੇ ਏਸ਼ੀਅਨ ਸੀਗੇ ਈਸਟ ਅਫਰੀਕਾ ਚ ਰਹਿੰਦੇ, ਉਹ ਉਹਨਾਂ ਦੀ ਮੈਜੋਰਿਟੀ ਜਿਹੜੀ ਸੀ ਨਾ ਬ੍ਰਿਟਿਸ਼ ਪਾਸਪੋਰਟ ਹੋਲਡਰ ਸੀ। ਸੋ ਜ਼ਾਹਿਰ ਹੈ ਕਿ ਅਸੀਂ ਇਹ ਐਕਸਪੈਕਟ ਨਹੀਂ ਸੀ ਕਰ ਸਕਦੇ ਕਿ ਸਾਨੂੰ ਵੀ ਅਕੋਮੋਡੇਟ ਕਰਨ ਨਵੇਂ ਕੇਨੀਆ ਦੇ ਵਿੱਚ। ਠੀਕ ਹੈ, ਸਹੀ। ਅੱਛਾ, ਲੇਕਿਨ ਕੁਛ ਹੋਰ ਹਾਲਾਤ ਵੀ ਜਿਹਨਾਂ ਦੀ ਤਸਦੀਕ 'ਚ ਨਹੀਂ ਜਾਣਾ ਚਾਹੁੰਦਾ, ਤੁਸੀਂ ਦੋਵੇਂ ਜਣੇ ਜਾਣਦੇ ਹੋ, ਲੇਕਿਨ ਵੱਡੀ ਗੱਲ ਜਿਹੜੀ ਆਪਾਂ ਸ਼ੁਰੂ ਕੀਤੀ ਸੀ ਨਾ, ਮੈਂ ਇਹ ਸਮਝਦਾ ਬੜੀ ਔਰ ਸ਼ਿੱਦਤ ਨਾਲ ਮਹਿਸੂਸ ਕਰਦਾ ਕਿ ਏਸ਼ੀਅਨਸ ਦਾ ਜਿਹੜਾ ਇਮੇਜ ਹੈ ਨਾ ਉਹ ਪ੍ਰੋਜੈਕਟ ਨਹੀਂ ਹੋਇਆ ਚੰਗੀ ਤਰ੍ਹਾਂ। ਓਕੇ, ਇਹਦੇ ਨਾਲ ਮੈਂ ਸਹਿਮਤ ਹੈ ਸਾਥੀ ਜੀ। ਇਹ ਠੀਕ ਹੈ ਤੁਹਾਡੀ ਗੱਲ, ਵੈਸੇ ਇਹ ਵੀ ਸਹਿਮਤ ਨੇ, ਇਹ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈਗਾ। ਪਰ ਕਮਿੰਗ ਬੈਕ ਟੂ ਮਾਈ ਓਰੀਜਨਲ ਕੁਐਸਚਨ ਜਿਹੜਾ ਮੈਂ ਪੁੱਛਿਆ ਸੀਗਾ ਤੁਹਾਨੂੰ, ਡੂ ਯੂ ਥਿੰਕ ਇਹ ਸਿਚੁਏਸ਼ਨ ਇਸ ਕੰਟਰੀ ਦੇ ਵਿੱਚ ਇਹੋ ਜਿਹੀ ਹੋ ਸਕਦੀ ਜਾਂ ਨਹੀਂ ਹੋ ਸਕਦੀ? ਚਮਨ ਜੀ ਜੀ, ਨਹੀਂ, ਮੈਂ ਸਮਝ ਕੇ ਦਿਮਾਗ ਉਹਨਾਂ ਨੂੰ ਸਵਾਲ ਇਹ ਪੁੱਛਣਾ ਉਸੇ ਹਾਲ ਦੇ ਨਾਲ ਕਿ ਕਈ ਦਫ਼ਾ ਤੁਹਾਡੀਆਂ ਪ੍ਰਾਪਤੀਆਂ ਜਿਹੜੀਆਂ ਨਾ ਉਹ ਉਜਾਗਰ ਨਹੀਂ ਹੁੰਦੀਆਂ। ਇਸ ਮੁਲਕ 'ਚ ਅਸੀਂ ਬੜੇ ਖੁਸ਼ਕਿਸਮਤ ਹੈ, ਇੱਥੇ ਦੀ ਜਿਹੜੀ ਨਾ ਪ੍ਰਣਾਲੀ ਹੈ, ਜਿਹੜਾ ਤਰੀਕਾ ਹੈ ਸਰਕਾਰ ਦਾ, ਉਹ ਖੁੱਲ੍ਹਾ ਹੈ। ਲੇਕਿਨ ਇੱਕ ਹੋਰ ਡਿਵੈਲਪਮੈਂਟ ਵੀ ਹੋਈ ਤੁਹਾਡੇ ਸਾਹਮਣੇ, ਇਸ ਖੁੱਲ੍ਹ 'ਤੇ ਕੁਛ ਹੋਰ ਤਰ੍ਹਾਂ ਦੇ ਨਤੀਜੇ ਵੀ ਨਿਕਲ ਰਹੇ ਨੇ। ਮਸਲਨ ਦੁਰਭਾਗ ਹੋਣੀ, ਮੈਨੂੰ ਪਤਾ ਹੈ, ਜੁਆਇੰਟ ਕੌਂਸਲ ਫੋਰ ਦਾ ਵੈਲਫੇਅਰ ਆਫ ਇਮੀਗ੍ਰੈਂਟਸ ਵੀ ਰਹੇ ਆ, ਉਹਨਾਂ ਇਦਾਰਿਆਂ 'ਚ ਵੀ ਰਹੇ, ਇਹਨਾਂ ਨੇ ਨਸਲੀ ਇਮਤਿਆਜ਼ ਦੇ ਖਿਲਾਫ ਜੰਗ ਲੜੀ ਹੈ। ਲੇਕਿਨ ਮੈਂ ਅੱਜ ਸਮਝਦਾ ਇਹ ਕਿ ਮੇਰੇ ਨਾਲ ਸਹਿਮਤ ਨੇ ਕਿ ਅੱਜ ਇਹ ਜੰਗ ਉਲਟੀ ਵੀ ਚੱਲ ਰਹੀ ਹੈ ਕਈ ਸੂਬਿਆਂ 'ਚ। ਮਸਲਨ ਇੱਕ ਏਸ਼ੀਅਨ ਜਾਂ ਕਾਲਾ ਬੰਦਾ ਚੱਟ ਗੋਰੇ ਨੂੰ ਕਹਿ ਦਿੰਦਾ ਜੀ ਮੇਰੇ ਨਾਲ ਵਿਤਕਰਾ ਹੋਇਆ, ਉਹ ਨਤੀਜਾ ਕੀ ਹੁੰਦਾ? ਮੈਂ ਖਾਸ ਨਾਮ ਨਹੀਂ ਲੈਣਾ ਚਾਹੁੰਦਾ, ਤੁਹਾਨੂੰ ਪਤਾ ਹੈ ਜਿਹੜੀਆਂ ਖਬਰਾਂ ਆਈਆਂ ਨੇ, ਉਹ ਸਰਕਾਰ ਡਰ ਕੇ ਉਹਨੂੰ ਲੱਖਾਂ ਪਾਉਂਡ ਦੇ। ਓਕੇ, ਸੋ ਅਸੀਂ ਇਸ ਆਜ਼ਾਦੀ ਦਾ ਮਤਲਬ ਇਹ ਜਿਹੜੀ ਫਰੀਡਮ ਆਫ ਸਪੀਚ ਹੈ,
जो जिहड़ा हैगा ह्यूमन राइट एक्ट है जिहड़ा इहदा असीं नजायज़ फायदा उठाने आ, लेकिन जे तुसीं आवी दी गल करदे हो दैट इज़ विद इन द लॉ रियली। हाँ, नाले एक होर गल है, जदों इंडिविजुअल केसेस कोर्ट करना शुरू कर देने ना सी, दैट टेंड टू प्रूव द पॉइंट अगेंस्ट योर आर्ग्यूमेंट्स कई दफ़ा, पर उदे वल ना जाइए जे जिहड़ा थोड़ा सवाल बेसिक सवाल है ना कि इत्थे भी हो सकता है कि नहीं। यस, दैट इज़ द क्वेश्चन। मैं चमन होर नाल सहमत हाँ कि इत्थे होण दे चांसिस बहुत घट ने, उन्होंने प्रणाली दी गल कीती है, उन्होंने वजह जिहड़ियां ने होर भी ने। एक वजह तो यह है ना कि अफ्रीकन देशां विच मुश्किल यह सी कि अफ्रीकन जिहड़ा सी देश दा वासी जिहड़ा सी उस नूं हक नहीं सी, उस नूं हकूमत करन चांसिस है नहीं सन, उस नूं ऑर्गेनाइजेशन दे कोई चांसिस नहीं सन, उस नूं ऑक्यूपाई करन दी पोजीशंस विच जान दे कोई चांसिस नहीं सन, उन्हां दिनां च जदों के कलोनियल पावर्स हैगियां सी। थैंक यू चमन जी, वी गॉट टू मूव ऑन, बहुत सारी कॉल आई हैं जी, बहुत थैंक यू वेरी मच, ऑल द बेस्ट, थैंक यू वेरी मच, बाय बाय। और दोस्तों गल करदे निर्मल सिंह उन्हां दे नाल, इस तों गल कर रहे ने। हैलो निर्मल सिंह जी, नहीं उत्थे हैगी नहीं। नासर साहब, हैलो मैनचेस्टर, नहीं होगी नहीं। हैलो जी, बलवंत सिंह जी स्कॉटलैंड तो, नहीं। गुरप्रीत जी, हैलो जी, हाँ जी, सत श्री अकाल, सत श्री अकाल जी, हाँ जी, दरबार जी ने, सत श्री अकाल जी गुरप्रीत जी, हेलो जी, जी हुक्म करो, हाँ जी, गुरदेव सिंह रायत मेरा जी बोले, ओ गुरदेव सिंह बोल रहे हैं जी, रायत साहब, हाँ जी, हाँ जी, हाँ जी, हुक्म, हाँ उन्होंने गलत लिया पर ऐसे गुरदेव सिंह रायत, अच्छा कोई गल नहीं, हाँ जी, हाँ जी जी, हाँ जी, हेलो जी, जी तुसी गल करो, हाँ जी मैं गल कर रहा हूँ जी, थोड़ा जो खराब सी, हाँ जी, हाँ जी मैं गल कर रहा हूँ, हाँ जी, दरबार जी, जी जी, तो फतेह सत श्री अकाल जी, जी सत श्री अकाल, तो जी हाँ बहुत खुशी हुई तुम देख के, आपकी मेहरबानी, चार भी है जी, तो जो पहला भी सत साहब चल रहे थे गलबात उन्होंने संबंध च, ਮੈਂ ਵੀ ਕੀਨੀਆ ਤੋਂ ਆਇਆ ਉੱਥੇ ਰਿਹਾ ਜੀ, ਸਾਡੇ ਨਾਲ ਉੱਥੇ ਰਹੇ ਨੇ, ਜਿਹੜੀ ਗੱਲ ਉਹਨਾਂ ਪ੍ਰਾਪਤੀਆਂ ਦੀ ਕੀਤੀ ਆ ਉਹ ਇੱਥੇ ਵੀ ਹੋ ਸਕਦੀਆਂ ਨੇ ਔਰ ਹੁੰਦੀਆਂ ਨੇ, ਐਸੀ ਕੋਈ ਗੱਲ ਨਹੀਂ। ਦੂਸਰਾ ਪੁਆਇੰਟ ਇਹ ਆ ਕਿ ਜਿਹੜੀ ਸਾਡੀ ਹਾਲੇ ਪਿੱਛਾ ਹੀ ਆਪਾਂ ਕਾਫੀ ਪਰ ਇੰਨੇ ਪਿੱਛੇ ਨਹੀਂ, ਪੋਲੀਟੀਕਲ ਲਾਈਨ 'ਚ ਜਾਂ ਹੋਰ ਜਿਹੜੇ ਅਦਾਰੇ ਹਨ ਉਹਨਾਂ ਦੇ ਵਿੱਚ ਸਾਨੂੰ ਭਾਗ ਲੈਣਾ ਬਹੁਤ ਜ਼ਰੂਰੀ ਆ। ਹਲੇ ਕੋਈ ਐਸਾ ਕੋਈ ਅੰਦਾਜ਼ਾ ਨਹੀਂ ਹੈ ਨਾ ਕੋਈ ਕਹਿ ਸਕਦਾ, ਕਿਉਂਕਿ ਵੱਖ ਵੱਖ ਦੇਸ਼ਾਂ ਦੇ ਵੱਖ ਵੱਖ ਰੂਲ ਹੁੰਦੇ ਨੇ, ਇਸ ਕਰਕੇ ਇੱਥੇ ਇਕੁਐਲਿਟੀ ਜਿੱਦਾਂ ਦਰਬਾਗੁਣੀ ਵੀ ਕਰਦੇ ਰਹੇ ਕੰਮ, ਮੈਂ ਵੀ ਰੇਸ਼ਲ ਕੁਆਲਿਟੀ ਕਰਦਾ ਰਿਹਾ, ਕਾਮਨ ਲਾਅ ਬਣਿਓ ਆ ਜਿਹੜਾ ਗਲਤ ਡਿਸਕ੍ਰਿਮੀਨੇਸ਼ਨ ਕਰਦਾ ਉਹਦੇ ਅਗੇਂਸਟ, ਉਹ ਮਤਲਬ ਇਹ ਆ ਵੀ ਕੇਸ ਕਰਕੇ ਉਹ ਮਤਲਬ ਸ਼ਿਕਾਇਤ ਵੀ ਕਰਦੇ ਹਨ ਔਰ ਉਹਨਾਂ ਦਾ ਬੜਾ ਡੈਮੇਜ ਮਿਲਦਾ ਹੈ। ਅੱਛਾ, ਜਿਹੜੀ ਗੱਲ ਪਹਿਲਾਂ ਦੀ ਰਹੀ ਡਿਸਕ੍ਰਿਮੀਨੇਸ਼ਨ ਉਦੋਂ ਜ਼ਿਆਦਾ ਸੀ ਕਿਉਂਕਿ ਸਾਡੇ ਕੋਲ ਉਦੋਂ ਕੋਈ ਲਾਅ ਜਾਂ ਵਗੈਰਾ ਘੱਟ ਪਤਾ ਹੁੰਦਾ ਸੀ, ਪਰ ਹੌਲੀ ਹੌਲੀ ਅਸੀਂ ਬੜੀਆਂ ਪ੍ਰਾਪਤੀਆਂ ਕੀਤੀਆਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਹਾਂਜੀ, ਤੇ ਮੈਂ ਇਹ ਚਾਹਾਂਗਾ ਕਿ ਇਹ ਜਿਹੜੀ ਫਿਊਚਰ ਦੀ ਗੱਲ ਆ ਉਹ ਤੇ ਆਪਾਂ ਪ੍ਰੈਡਿਕਸ਼ਨ ਨਾ ਦਈਏ ਕਿਉਂਕਿ ਇਹ ਪਤਾ ਨਹੀਂ ਹੁੰਦਾ ਪੋਲੀਟੀਕਲ ਜਿਹੜੇ ਮਾਹੌਲ ਨੇ ਜਾਂ ਹਾਲਾਤ ਕਿਸ ਨੂੰ ਕਿੱਧਰੋਂ ਬਲ ਜਾਣ ਜਦੋਂ ਬੇਸਿਕਲੀ। ਗੁਰਦੇਵ ਸਿੰਘ ਜੀ, ਇਹ ਤੇ ਗੱਲ ਸਿਰਫ ਇਹ ਨਾ ਕਿ ਆਪਣਾ ਆਪਣਾ ਖਿਆਲ ਜ਼ਾਹਿਰ ਕਰਨ ਦੀ ਜ਼ਰੂਰਤ ਤੇ ਹੈ ਵੀ, ਸੋਚ ਦੀ ਵੀ ਜ਼ਰੂਰਤ ਹੈ ਕਿਉਂਕਿ ਤੁਸੀਂ ਆਪਣਾ ਭਵਿੱਖ ਜਿਹੜਾ ਹੈ ਆਪਣੇ ਬੱਚਿਆਂ ਦਾ ਫਿਊਚਰ ਜਿਹੜਾ ਹੈ ਉਸ ਨੂੰ ਉਸੇ ਤਰ੍ਹਾਂ ਸਮਝਾ ਸਕਦੇ ਹੋ ਅਗਰ ਤੁਸੀਂ ਕਰੰਟ ਜਿਹੜੇ ਸਿਚੁਏਸ਼ਨ ਆ ਉਹਨਾਂ ਦੇ ਬਾਰੇ 'ਚ ਸੋਚਦੇ ਰਹੋ। ਪਰ ਇਹ ਤੁਹਾਡੇ ਨਾਲ ਮੈਂ ਬਿਲਕੁਲ ਸਹਿਮਤ ਹੈ, ਸਾਰੇ ਤਕਰੀਬਨ ਮੈਜੋਰਿਟੀ ਲੋਕ ਸਹਿਮਤ ਹਨ ਕਿ ਇੱਥੋਂ ਉਹ ਹਾਲਤ ਜਿਹੜੀ ਅਫਰੀਕਾ 'ਚ ਆਈ ਸੀਗੀ, ਅਫਰੀਕਨ ਦੇਸ਼ਾਂ 'ਚ ਆਈ ਸੀ ਆਜ਼ਾਦੀ ਤੋਂ ਬਾਅਦ, ਉਹ ਆਉਣ ਦੇ ਚਾਂਸਿਸ ਨਹੀਂ ਹੈਗੇ, ਘੱਟ ਨੇ ਜੇ ਹੈ ਨਾ ਬਹੁਤ ਘੱਟ ਨੇ। ਉਹਦਾ ਇੱਕ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਹ ਲੋਕ ਗੁਲਾਮ ਸਨ, ਆਜ਼ਾਦ ਹੋਣ ਤੋਂ ਬਾਅਦ ਉਹ ਇਹ ਕਰਨਾ ਚਾਹੁੰਦੇ ਸੀ ਕਿ ਸਾਡਾ ਮੁਲਕ ਹੈ ਅਸੀਂ ਆਪ ਰਹਿਣਾ ਚਾਹੁੰਦੇ ਹਾਂ, ਸਾਡੇ ਲੋਕਾਂ ਨੂੰ ਜੋਬਸ ਮਿਲਣੀਆਂ ਚਾਹੀਦੀਆਂ। ਇੱਥੇ ਇਹੋ ਜਿਹਾ ਕੋਈ ਮਸਲਾ ਨਹੀਂ ਹੈ, ਇੱਥੇ ਕੋਈ ਐਸੀ ਪ੍ਰੋਬਲਮ ਨਹੀਂ ਹੈ। ਸੁਖਦੇਵ ਸਿੰਘ ਜੀ, ਥੈਂਕ ਯੂ, ਹੈਲੋ ਸੋਰੀ ਜੀ, ਉਹਨਾਂ ਦੇ ਗੁਰਦੇਵ ਸਿੰਘ ਸੀਗੇ, ਹਾਂਜੀ ਗੁਰਦੇਵ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸੁਖਦੇਵ ਸਿੰਘ ਆਏ ਨੇ ਲਾਈਨ ਤੋਂ ਲੁੱਟਣ ਤੋਂ, ਸੁਖਦੇਵ ਸਿੰਘ ਜੀ ਸਤਿ ਸ਼੍ਰੀ ਅਕਾਲ,
ਸੁਖਦੇਵ ਸਿੰਘ ਜਾ ਚੁੱਕੇ ਨੇ ਔਰ ਅਵਾਨ ਜੀ ਫਰੋਮ ਸਾਊਥਹੈਂਪਟਨ ਨੇ ਹੈਲੋ ਅਵਾਨ ਜੀ ਜੀ ਸਾਊਥਹੈਂਪਟਨ ਹਾਂ ਜੀ ਕੀ ਹਾਲ ਚਾਲ ਤੁਹਾਡਾ ਜੀ ਮੈਂ ਅਸਲ ਵਿੱਚ ਇਹਨਾਂ ਨੂੰ ਤੁਹਾਡੇ ਜਿਹੜੇ ਮਹਿਮਾਨ ਹੈਗੇ ਮੌਜੂਦ ਮਹਿਮਾਨ ਇਹਨਾਂ ਨੂੰ ਮੈਂ ਚਾਨਾ ਸਾਹਿਬ ਦਿਲਬਾਗ ਸਿੰਘ ਚਾਨਾ ਜੀ ਕਿਉਂਕਿ ਇਹਨਾਂ ਦਾ ਐਜੂਕੇਸ਼ਨ ਦੇ ਨਾਲ ਤਾਲੁਕ ਰਿਹਾ ਹੈਗਾ ਔਰ ਇਹਨਾਂ ਨੇ ਉਸੇ ਐਜੂਕੇਸ਼ਨ ਦੀ ਵਜ੍ਹਾ ਤੋਂ ਮਤਲਬ ਆਪਣੇ ਬੱਚਿਆਂ ਨੂੰ ਤਾਲੀਮ ਦਵਾਉਣ ਵਾਸਤੇ ਇੱਥੇ ਲੈ ਕੇ ਆਏ ਸਨ ਤੇ ਹੁਣ ਦੇਖੋ ਨਾ ਇਸ ਮੁਲਕ ਦੇ ਵਿੱਚ ਐਜੂਕੇਸ਼ਨ ਫਰੀ ਹੈ ਔਰ ਏ ਲੈਵਲ ਤੱਕ ਫਰੀ ਹੈਗੀ ਯੂਨੀਵਰਸਿਟੀ ਦੇ ਵਿੱਚ ਅੱਗੇ ਜਾ ਕੇ ਥੋੜੀ ਪੈਸੇ ਦੇਣੇ ਪੈਂਦੇ ਹੈਗੇ ਲੇਕਿਨ ਉਹਦੇ ਬਾਵਜੂਦ ਵੀ ਜਿਹੜੇ ਸਾਡੇ ਬੱਚੇ ਹੈਗੇ ਉਹਨਾਂ ਉਹ ਉਹਨਾਂ ਨੂੰ ਉਸ ਨਿਸਬਤ ਦੇ ਨਾਲ ਉਸ ਰੇਸ਼ੋ ਦੇ ਨਾਲ ਕੀ ਐਜੂਕੇਸ਼ਨ ਲੈ ਰਹੇ ਹੈਗੇ ਉਹ ਬੈਨੀਫਿਟ ਲੈ ਰਹੇ ਹੈਗੇ ਜਾਂ ਕੋਈ ਐਸੀ ਓਬਸਟੀਕਲ ਹੈ ਮੈਂਟਲੀ ਜਾਂ ਆਪਣਾ ਜੋ ਤੁਸੀਂ ਕਹੋ ਸਾਈਕੋਲੋਜੀਕਲੀ ਕਿ ਉਹ ਇੰਨਾ ਇੰਨਾ ਬੈਨੀਫਿਟ ਨਹੀਂ ਲੈ ਰਹੇ ਆਵਾਨ ਸਾਹਿਬ ਉਹ ਤਾਂ ਆਪਣਾ ਆਪਣੇ ਮਿਆਰ ਦੀ ਗੱਲ ਹੈ ਆਪਣੀ ਆਪਣੀ ਕੋਸ਼ਿਸ਼ ਦੀ ਗੱਲ ਹੈ ਆਪਣੀ ਆਪਣੀ ਹਿੰਮਤ ਦੀ ਗੱਲ ਹੈ ਜੇ ਬੱਚੇ ਕੋਈ ਨਹੀਂ ਲੈ ਰਹੇ ਐਜੂਕੇਸ਼ਨ ਉਸ ਲੈਵਲ ਤੀਕਰ ਜਿੱਥੋਂ ਤੀਕਰ ਤੁਸੀਂ ਸਮਝਦੇ ਉਹਨਾਂ ਨੂੰ ਕਰਨ ਜਾਣਾ ਚਾਹੀਦਾ ਉਸ ਦੇ ਕਾਰਨ ਉਹਨਾਂ ਬੱਚਿਆਂ 'ਤੇ ਮਹਦੂਦ ਹਨ ਆਪ ਇਸ ਨੂੰ ਜਨਰਲਾਈਜ਼ ਨਾ ਕਰੋ ਪਲੀਜ਼ ਕਿਉਂਕਿ ਜਿਹੜੇ ਚਾਂਸਿਸ ਆ ਓਪਰਚੁਨਿਟੀਜ਼ ਜਿਹੜੀਆਂ ਇਸ ਮੁਲਕ 'ਚ ਐਜੂਕੇਸ਼ਨ ਦੀਆਂ ਉਹ ਲਿਮਿਟਲੈਸ ਨੇ ਸਿਰਫ ਬੱਚਿਆਂ ਵਾਸਤੇ ਹੀ ਨਹੀਂ ਜੇ ਬਜ਼ੁਰਗ ਵੀ ਹੈ ਨਾ 60 ਸਾਲ ਦਾ 65 ਸਾਲ ਦਾ 70 ਸਾਲ ਦਾ 75 ਸਾਲ ਦਾ 80 ਸਾਲ ਦਾ ਬਜ਼ੁਰਗ ਵੀ ਹੈ ਜਾਂ ਬਜ਼ੁਰਗ ਔਰਤ ਹੈ ਉਹ ਅਗਰ ਪੜ੍ਹਨਾ ਚਾਹੁੰਦੇ ਆ ਕੋਈ ਵੀ ਟ੍ਰੇਨਿੰਗ ਲੈਣਾ ਚਾਹੁੰਦੇ ਉਹਦੇ ਲਈ ਫੈਸਿਲਿਟੀਜ਼ ਹੈ ਔਰਤਾਂ ਹੈਗੀਆਂ ਨੇ ਮਰਦ ਹੈਗੇ ਨੇ ਉਹ ਉਹਨਾਂ ਨੂੰ ਅਪੁਆਇੰਟ ਕੀਤਾ ਹੋਇਆ ਪਾਰਲੀਮੈਂਟ ਵਿੱਚ ਹੈਗੇ ਨੇ ਓਕੇ ਥੈਂਕ ਯੂ ਵੈਰੀ ਮੱਚ ਅਵਾਨ ਜੀ ਬਹੁਤ ਬਹੁਤ ਸ਼ੁਕਰੀਆ ਬਹੁਤੀ ਗੱਲ ਨਹੀਂ ਹੋ ਸਕਦੀ ਸੀ ਕਿਉਂਕਿ ਟਾਈਮ ਬੜਾ ਛੇਤੀ ਛੇਤੀ ਜਾ ਰਿਹਾ ਅਤੇ ਰਜਿੰਦਰ ਸਿੰਘ ਦੇ ਨਾਲ ਗੱਲ ਕਰਦੇ ਰਜਿੰਦਰ ਸਿੰਘ ਜੀ ਕੈਂਟ ਤੋਂ ਬੋਲ ਰਹੇ ਨੇ ਰਜਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਥੀ ਜੀ ਕਿੱਥੋਂ ਕੈਂਟ ਤੋਂ ਕਿੱਥੇ ਬੋਲਦੇ ਪਏ ਹੋ ਤੋਂ ਸਤਿ ਸ਼੍ਰੀ ਅਕਾਲ ਜੀ ਹਾਂਜੀ ਦਿਲਬਾਗ ਜੀ ਬੈਠੇ ਨੇ ਕੋਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਕਰਮ ਸਿੰਘ ਭੋਗਲ ਦਾ ਲੜਕਾ ਜੀ ਅੱਛਾ ਜੀ ਰਣਜੀਤ ਕੀ ਹਾਲ ਚਾਲ ਤੁਹਾਡਾ ਬਹੁਤ ਅੱਛਾ ਥੈਂਕ ਯੂ ਸਾਰੀ ਉਮਰ ਮੈਂ ਵੀ ਉੱਥੇ ਰਿਹਾ ਜੀ ਜੀ ਹੁਣ ਤਕਰੀਬ 22-23 ਸਾਲ ਤੋਂ ਇੱਥੇ ਆ ਤੇ ਕੰਟਰੀ ਬਹੁਤ ਚੰਗੀ ਮੈਂ ਹਰੇਕ ਸਾਲ ਜਾਣਾ ਜੀ ਠੀਕ ਹੈ ਆਪ ਦੀ ਜਿਆਦਾ ਜਿਹੜੀ ਬਣਾਈ ਅਸੀਂ ਸਭ ਵੀ ਹੈ ਕਿ ਔਰ ਰੱਬ ਦੀ ਬਖਸ਼ਿਸ਼ ਹੈ ਜੀ ਉਸ ਤੇ ਈਸਟ ਅਫਰੀਕਾ ਤੇ ਹਾਂ ਜੀ ਹਾਂ ਇਹ ਡੜਕੇ ਨੇ ਸਮਝ ਕੇ ਚਲੋ ਚਲੇ ਗਿਆ ਤਾਂ ਅਸੀਂ ਇਹਨਾਂ ਨੂੰ ਛੱਡ ਦੇਈਏ ਜੀ ਸਾਨੂੰ ਹਾਂ ਬੇਸਿਕਲੀ ਉੱਥੇ ਤੁਸੀਂ ਵੀ ਕਿਉਂਕਿ ਉੱਥੇ ਰਹਿ ਚੁੱਕੇ ਹੋ ਦਿਲਬਾਗ ਜੀ ਇਹੀ ਗੱਲ ਕਰ ਰਹੇ ਸੀ ਕਿ ਜਿਹੜੇ ਜਦੋਂ ਫਿਰ ਸਰਕਾਰ ਉੱਥੇ ਬਦਲੀ ਆਜ਼ਾਦੀ ਮਿਲੀ ਉਸ ਵੇਲੇ ਜ਼ਾਹਰਾ ਤੌਰ 'ਤੇ ਉਹਨਾਂ ਨੇ ਕਿਹਾ ਕਿ ਜਿਹੜੇ ਅਫਰੀਕਨ ਲੋਕ ਜਿਹਨਾਂ ਨੂੰ ਓਪਰਚੁਨਿਟੀਜ਼ ਨਹੀਂ ਮਿਲੀਆਂ ਮਤਲਬ ਪਹਿਲਾਂ ਅੰਗਰੇਜ਼ ਸੀ ਜਾਂ ਏਸ਼ੀਅਨ ਸਾਡੇ ਲੋਕ ਸੀਗੇ ਉਹਨਾਂ ਨੂੰ ਹੋਰ ਓਪਰਚੁਨਿਟੀਆਂ ਮਿਲਣ ਲੱਗ ਪਈਆਂ ਜ਼ਾਹਰਾ ਤੌਰ 'ਤੇ ਫਿਰ ਕੁਛ ਏਸ਼ੀਅਨਾਂ ਨੇ ਮਹਿਸੂਸ ਕੀਤਾ ਕਿ ਸਾਡਾ ਇੱਥੇ ਭਵਿੱਖ ਨਹੀਂ ਹੈ ਇਹੀ ਵਜ੍ਹਾ ਹੋਈ ਹੈ ਨਾ ਇਹ ਵਜ੍ਹਾ ਹੋਈ ਹੈ ਬਾਕੀ ਕੁਛ ਫਿਰ ਸਾਨੂੰ ਫੈਮਿਲੀ ਪ੍ਰੋਬਲਮਸ ਗਈਆਂ ਨੂੰ ਪਈਆਂ ਫੈਮਿਲੀਆਂ ਨੂੰ ਆ ਗਈ ਬੱਚੇ ਪੜ੍ਹਨ ਵਾਲੇ ਸੀਗੇ ਉਹਨਾਂ ਨੂੰ ਪੜ੍ਹਾਉਣਾ ਸੀਗਾ ਹਾਂ ਇੱਦਾਂ ਦੀਆਂ ਕਈ ਆਈਆਂ ਪਰ ਮੈਂ ਤਾਂ ਲਾਸਟ ਮੂਮੈਂਟ ਤੱਕ ਉੱਤੇ ਸਟਿੱਕ ਕੀਤਾ ਜੀ ਅਤੇ ਫਿਰ 22 ਸਾਲ ਤੋਂ ਇੱਥੇ ਹਾਂ ਵੇਖੋ ਨਾ ਸਾਡੀ ਚੀਜ਼ ਮੁਸ਼ਕਿਲ ਇਸ ਗੱਲ ਦੀ ਹੈ ਅਸੀਂ ਹਿਸਟੋਰੀਕਲ ਫੈਕਟਸ ਜਿਹੜੇ ਨਾ ਉਹਨਾਂ ਨੂੰ ਇਗਨੋਰ ਕਰਦੇ ਹਾਂ ਜਾਂ ਸਮਝ ਨਹੀਂ ਰਹੇ ਸਾਹਮਣੇ ਨਹੀਂ ਰੱਖ ਰਹੇ ਉਹ ਇਹ ਹੈ ਅੱਜ ਤੋਂ ਕੋਈ 109-10 ਸਾਲ ਪਹਿਲੋਂ ਈਸਟ ਅਫਰੀਕਾ ਖੁੱਲ੍ਹਿਆ ਜਦੋਂ ਕਿ ਯੁਗੈਂਡਾ ਰੇਲਵੇ ਦੀ ਨੂੰ ਤਿਆਰ ਕਰਨ ਦੀ ਕੋਸ਼ਿਸ਼ ਸੀ ਅੰਗਰੇਜ਼ਾਂ ਦੀ ਉਹਨਾਂ ਖੋਲ੍ਹਣਾ ਚਾਹੁੰਦੇ ਸੀ ਇੰਟੀਰੀਅਰ ਈਸਟ ਅਫਰੀਕਾ ਦਾ ਜਿੰਨੀ ਵੀ ਇੰਡੈਂਚਰਡ ਲੇਬਰ ਸੀ ਉਹ ਇੰਡੀਆ ਤੋਂ ਆਈ ਪੰਜਾਬ ਤੋਂ ਆਏ ਗੁਜਰਾਤ ਤੋਂ ਆਏ ਕੰਮ ਕਰਨ ਵਾਲੇ ਜਿਹੜੇ ਸਨ ਉਹਨਾਂ ਦੇ ਨਾਲ ਕਲਾਰਕ ਜਿਹੜੇ ਉਹ ਵੀ ਆਏ ਠੀਕ ਹੈ ਸੋ ਉਹ ਜਿਹੜੀਆਂ ਚੀਜ਼ਾਂ ਸਾਨੂੰ ਸੋਚ ਲੈਣੀਆਂ ਚਾਹੀਦੀਆਂ ਉਹ ਵੀ ਸੋਚਣੀ ਚਾਹੀਦੀ ਥੈਂਕ ਯੂ ਵੈਰੀ ਮੱਚ ਜੀ ਦੋਸਤੋ ਹਾਂਜੀ ਕਿ ਜਦੋਂ ਆਜ਼ਾਦੀ ਤੋਂ ਬਾਅਦ ਅਸੀਂ ਤਾਂ ਉਹਨਾਂ ਨੂੰ ਦਬਾ ਕੇ ਰੱਖਿਆ ਸੀਗਾ ਨਾ ਇਹਦੇ ਨਾਲ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹੈ ਦਬਾ ਕੇ ਅਸੀਂ ਨਹੀਂ ਰੱਖਿਆ ਸੀ ਚਲੋ
ਨਹੀਂ ਪਰ ਜਿਹੜਾ ਜਿਹੜਾ ਟ੍ਰੀਟਮੈਂਟ ਸੀ ਅਫਰੀਕਨਾਂ ਦੇ ਨਾਲ ਉਹਦੀ ਮੇਰੇ ਖਿਆਲ 'ਚ ਗੱਲ ਕਰਨੀ ਚਾਹੁੰਦਾ ਜਿਹੜਾ ਸਾਡਾ ਉਹਨਾਂ ਦੇ ਉਹਨਾਂ ਦੇ ਉਹਨਾਂ ਦੀ ਤਰਫ ਜਿਹੜਾ ਰਵੱਈਆ ਸੀ We are proud to announce a brand new experience in air travel. You can find all the comfort and luxury of international carriers all for the cost of a budget airline. Discover your spirituality in the heart of India on our exclusive new routes, which will fly you from European destinations to Punjab. Fly Air Slovakia to Amritsar, and may your prayers be fulfilled. Air Slovakia. Your spiritual quest begins here. Exclusive flights to Amritsar. Air Slovakia. Because stains can happen fast, you need a cleaner that can keep up. New multi-purpose Sif Active Fizz fizzes on contact with stains, lifting them away fast. Sif Active Fizz fizzes stains away fast. Sound good? Uncover a world of gentle fragrance with beautiful scents like olive blossom and cotton extract. Get back to nature with the gentle fragrances of the new Comfort Naturals range. ਦੋਸਤੋ ਵੈਲਕਮ ਬੈਕ ਪੰਜਾਬੀ ਗੱਲਬਾਤ ਪ੍ਰੋਗਰਾਮ ਤੁਸੀਂ ਸਨਰਾਈਜ਼ ਟੈਲੀਵਿਜ਼ਨ 'ਤੇ ਦੇਖ ਰਹੇ ਹੋ ਔਰ ਤੁਹਾਡੇ ਨਾਲ ਗੱਲਾਂ ਬਾਤਾਂ ਹੋ ਰਹੀਆਂ ਨੇ ਔਰ ਅੱਜ ਦਾ ਜਿਹੜਾ ਸਬਜੈਕਟ ਮੌਜੂ ਵਿਸ਼ਾ ਹੋਇਆ ਹੈਗਾ ਕਿ ਕੀਨੀਆ ਯੁਗਾਂਡਾ ਔਰ ਤੰਜ਼ਨੀਆ ਵਗੈਰਾ ਜਿਹੜੇ ਦੇਸ਼ਾਂ 'ਚੋਂ ਸਾਡੇ ਲੋਕ ਇੱਥੇ ਆ ਕੇ ਵਸੇ ਨੇ ਉਹਨਾਂ ਨੇ ਉੱਥੇ ਕੀ ਕਿਸ ਕਿਸਮ ਦਾ ਸੰਘਰਸ਼ ਕੀਤਾ ਸੀ ਔਰ ਇਸ ਕੰਟਰੀ ਵਿੱਚ ਕਿਸ ਕਿਸਮ ਦਾ ਸੰਘਰਸ਼ ਉਹ ਕਰ ਰਹੇ ਨੇ ਹਜੇ ਵੀ ਸਾਡੇ ਨਾਲ ਹੀ ਔਰ ਇਹਦੇ ਨਾਲ ਨਾਲ ਅਸੀਂ ਇਹ ਵੀ ਗੱਲ ਕਰ ਰਹੇ ਹਾਂ ਕਿ ਕਿਆ ਇਸ ਕੰਟਰੀ ਵਿੱਚ ਵੀ ਇਹੋ ਜਿਹੇ ਹਾਲਾਤ ਪੈਦਾ ਹੋ ਸਕਦੇ ਨੇ ਜਿਸ ਨਾਲ ਸਾਡਾ ਇੱਥੇ ਜਿਹੜਾ ਜਿਉਣਾ ਬਹੁਤਾ ਵਧੀਆ ਨਾ ਹੋਵੇ ਅਤੇ ਅਸੀਂ ਸੋਚੀਏ ਕਿ ਕਿੱਥੇ ਜਾਈਏ ਇਹ ਅਸੀਂ ਗੱਲ ਕਰ ਰਹੇ ਹਾਂ ਅਗਰ ਤੁਹਾਡਾ ਕੋਈ ਓਪੀਨੀਅਨ ਹੈ ਤਾਂ ਤੁਸੀਂ ਟੈਲੀਫੋਨ ਕਰ ਸਕਦੇ ਹੋ ਔਰ ਟੈਲੀਫੋਨ ਜਿਹੜਾ ਨੰਬਰ ਹੈ ਉਹ ਸਾਡੀ ਸਕਰੀਨ ਦੇ ਉੱਤੇ ਹੈ ਅਤੇ ਦੋਸਤੋ ਨਿਊ ਕਾਸਲ ਪੋਨ ਟਾਈਮ ਤੋਂ ਡਾਕਟਰ ਅਸਲਮ ਸਾਹਿਬ ਨੇ ਡਾਕਟਰ ਅਸਲਮ ਅਸਲਾਮ ਵਾਲੇਕਮ ਜਨਾਬ ਅਲੀ ਵਾਲੇਕਮ ਸਲਾਮ ਸਿੰਘ ਸਾਹਿਬ ਤੁਸੀਂ ਠੀਕ ਹੋ ਹਾਂਜੀ ਬਿਲਕੁਲ ਠੀਕ ਹੈ ਤੇ ਆਪ ਵੱਡੇ ਸਰਦਾਰ ਸਾਹਿਬ ਨੂੰ ਵੀ ਮੇਰਾ ਪ੍ਰਣਾਮ ਅਰਜ਼ ਕਰਨਾ ਬਜ਼ੁਰਗ ਨੇ ਵਾਲੇਕਮ ਅਸਲਾਮ ਜਨਾਬ ਠੀਕ ਹੋ ਦੇਖੋ ਜੀ ਬਹੁਤ ਸੋਹਣੀ ਜਿਹੜੀ ਗੱਲ ਹੈ ਨਾ ਕਿ ਕਿਸ ਤਰੀਕੇ ਦੇ ਨਾਲ ਅਸੀਂ ਲੋਕ ਇੱਥੇ ਰਹਿ ਸਕਨੇ ਆ ਉਹਦਾ ਸਰਦਾਰ ਸਾਹਿਬ ਨੇ ਸਭ ਤੋਂ ਮੋਟੀ ਸੋਹਣੀ ਗੱਲ ਕਰ ਦਿੱਤੀ ਹੈ ਤਾਲੀਮ ਹਾਂਜੀ ਕਿ ਤਾਲੀਮ ਹਾਸਲ ਕਰੋ ਕੰਪੀਟੀਸ਼ਨ ਕਰੋ ਕੰਮਾਂ ਦੇ ਵਿੱਚ ਆਵੋ ਵੱਡੀਆਂ ਜਾਬਾਂ 'ਚ ਜਾਓ ਵੈਰੀ ਗੁੱਡ ਹੁਣ ਮਸਲ ਮੈਂ ਤੁਹਾਨੂੰ ਇੱਕ ਮੋਟੀ ਮਿਸਾਲ ਦੱਸਦਾ 1947 'ਚ ਮੇਰੇ ਮਾਂ ਪਿਓ ਨੇ ਮਾਈਗ੍ਰੇਟ ਕੀਤਾ ਨੂਰਪੁਰ ਕਪੂਰਥਲਾ ਇੰਡੀਆ ਤੋਂ ਅੱਛਾ ਜੀ ਉਸ ਵਕਤ ਸਾਡੇ ਟੱਬਰ ਦੇ ਵਿੱਚ 5-6 ਜਮਾਤ ਤੋਂ ਵੱਧ ਬੰਦਾ ਨਹੀਂ ਸੀ ਪੜਿਆ ਕੋਈ ਵੀ ਪਾਕਿਸਤਾਨ 'ਚ ਮੇਰੀ ਜਿਹੜੀ ਤਰੀਖ ਪੈਦਾਇਸ਼ ਹੈ 1956 ਦੀ ਹੈ ਅੱਛਾ ਜੀ ਮੇਰੇ ਮਾਪਿਆਂ ਨੇ ਮੈਨੂੰ MSc ਕਰਾਈ ਜ਼ਰੇ ਯੂਨੀਵਰਸਿਟੀ ਲੈਲਪੁਰ ਫੈਸਲਾਬਾਦ ਤੋਂ ਫਿਰ ਮੈਨੂੰ PhD ਐਡਮਿਸ਼ਨ ਮਿਲ ਗਿਆ ਇੱਥੇ ਨਿਊ ਕੈਸਲ ਯੂਨੀਵਰਸਿਟੀ ਵੈਰੀ ਨਾਈਸ ਮੈਂ PhD ਕੀਤੀ ਹੁਣ ਮੈਂ ਕੋਈ 200 ਸਟੂਡੈਂਟਾਂ ਦੀ ਹੈਲਪ ਕਰ ਚੁੱਕਿਆ ਮਾਸਟਰ ਲੈਵਲ ਦੇ ਉੱਤੇ ਕੋਈ 10-15 ਸਟੂਡੈਂਟਾਂ ਦੀ PhD ਲੈਵਲ ਦੇ ਬੜੀ ਬੜੀ ਅਚੀਵਮੈਂਟ ਹੈ ਜੀ ਦੇਖੋ ਜੀ ਗੱਲ ਦੀ ਜਿਹੜੀ ਵੱਡੇ ਸਰਦਾਰ ਸਾਹਿਬ ਨੇ ਕੀਤੀ ਨਾ MBE ਸਾਹਿਬ ਨੇ ਉਹ ਆ ਤਾਲੀਮ ਹਾਸਲ ਕਰੋ ਬਹੁਤ ਸੋਹਣਾ ਪੁਆਇੰਟ ਹੈ ਕਿ ਤੁਸੀਂ ਐਜੂਕੇਸ਼ਨ ਲਓ ਬੱਚਿਆਂ ਨੂੰ ਪੜ੍ਹਾਓ ਬਿਲਕੁਲ ਔਰ ਅੱਗੇ ਵਧੋ ਕੰਪੀਟ ਕਰੋ ਹਾਂ ਕੋਈ ਕੋਈ ਔਰ ਜਿਹੜੀ ਆਪਣੇ ਮਾਂ-ਬਾਪ ਦੀ ਇੱਜ਼ਤ ਕਰੋ ਹਾਂਜੀ ਚਾਨਾ ਸਾਹਿਬ ਆਪਣੇ ਚਾਨਾ ਸਾਹਿਬ ਨੇ ਵੀ ਜਿਹੜੀ ਗੱਲ ਕੀਤੀ ਹੈ ਡਾਕਟਰ ਅਸਲਮ ਜੀ ਜੀ ਕਿ ਇਸ ਕੰਟਰੀ ਦੇ ਵਿੱਚ ਜਿਹੜੀਆਂ ਓਪਰਚੁਨਿਟੀਜ਼ ਆ ਇਹ ਲਿਮਿਟਲੈਸ ਆ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਬਰਾਕ ਓਬਾਮਾ ਦੀ ਗੱਲ ਚਮਨ ਜੀ ਕਰਦੇ ਸੀ ਬਰਾਕ ਓਬਾਮਾ ਅੱਜ ਉੱਥੇ ਪ੍ਰਧਾਨ ਬਣ ਗਿਆ
ਅਮਰੀਕਾ ਆਪਣੇ ਅਮਰੀਕਾ ਦਾ ਔਰ ਇਸ ਕੰਟਰੀ ਕੋਈ ਕੋਈ ਵਜ੍ਹਾ ਨਹੀਂ ਹੈ ਕਿ ਇਸ ਕੰਟਰੀ ਦਾ ਪ੍ਰਾਈਮ ਮਿਨਿਸਟਰ ਕੱਲ ਨੂੰ ਏਸ਼ੀਅਨ ਜਾਂ ਬਲੈਕ ਨਾ ਹੋਵੇ ਕੋਈ ਵਜ੍ਹਾ ਨਹੀਂ ਹੈ ਕੋਈ ਸੀਮਾ ਨਹੀਂ ਹੈ ਜੀ ਤੁਹਾਡੀ ਤਰੱਕੀ ਦੀ ਡਾਕਟਰ ਸਾਹਿਬ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਐਜੂਕੇਸ਼ਨ ਜਿਹੜੀ ਹੈ ਉਹ ਚਾਬੀ ਹੈ ਕੀ ਹੈ ਟੂ ਸਕਸੈਸ ਐਂਡ ਓਪਰਚੁਨਿਟੀਜ਼ ਓਪਰਚੁਨਿਟੀਜ਼ ਇੱਥੇ ਹਨ ਸੀਮਾ ਕੋਈ ਨਹੀਂ ਹੈ ਹੱਦ ਕੋਈ ਨਹੀਂ ਹੈ ਜਿਸ ਤੀਕਰ ਵੀ ਜਿੱਥੇ ਤੀਕਰ ਵੀ ਕਿਸੇ ਦੀ ਹਿੰਮਤ ਹੈ ਐਜੂਕੇਸ਼ਨਲੀ ਕੁਆਲੀਫਾਈਡ ਹੈ ਉਹ ਜਾ ਸਕਦੇ ਬਹੁਤ ਬਿਊਟੀਫੁਲ ਗੱਲ ਕੀਤੀ ਆ ਬਹੁਤ ਬਹੁਤ ਸ਼ੁਕਰੀਆ ਜਨਾਬ ਤੁਹਾਡਾ ਡਾਕਟਰ ਸਾਹਿਬ ਜੀ ਤੁਹਾਨੂੰ ਅੱਲਾ ਖੁਸ਼ ਰੱਖੇ ਜੀ ਦੋਨਾਂ ਨੂੰ ਖੁਦਾ ਹਾਫਿਜ਼ ਥੈਂਕ ਯੂ ਵੈਰੀ ਮੱਚ ਔਰ ਰਣਦੀਪ ਸਿੰਘ ਜੀ ਬੈਲਜੀਅਮ ਤੋਂ ਬੋਲ ਰਹੇ ਰਣਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਰਣਦੀਪ ਸਿੰਘ ਨਹੀਂ ਉੱਥੇ ਨਹੀਂ ਹੈਗੇ ਔਰ ਸੁਰਿੰਦਰ ਜੀ ਫਰੋਮ ਕਰੋਇਡਨ ਹੈਲੋ ਸੁਰਿੰਦਰ ਜੀ ਸੁਰਿੰਦਰ ਵੀ ਨਹੀਂ ਹੈ ਔਰ ਨਸੀਮ ਫਰੋਮ ਹੌਂਸਲੋ ਹੈਲੋ ਜੀ ਹੈਲੋ ਨੋ ਆਈ ਥਿੰਕ ਕਾਲਸ ਡਰੋਪ ਹੋ ਰਹੀਆਂ ਨੇ ਹੈਲੋ ਹੈਲੋ ਜੀ ਹਾਂਜੀ ਇੰਦਰਜੀਤ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਇੰਦਰਜੀਤ ਸਿੰਘ ਜੀ ਆਏ ਸੀ ਪੱਤਰਕਾਰ ਦੋਸਤ ਹੈ ਜੀ ਤੁਹਾਡੇ ਹਾਂਜੀ ਕੀ ਹਾਲ ਚਾਲ ਤੁਹਾਡਾ ਠੀਕ ਹੈ ਜਨਾਬ ਬਹੁਤ ਮਿਹਰਬਾਨੀ ਬਾਕੀ ਦਰਬਾਰ ਉਹਨਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਯਾਦ ਨਹੀਂ 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 ਯਾਦ ਹੈ ਕਿਉਂ ਨਹੀਂ ਮਨ ਉਹਨਾਂ ਦੇ ਨਾਲ ਇੱਕ ਦੋ ਵਾਰੀ ਜੀ ਜੀ ਜੁਜਾ ਰੋੜੇ ਰਹਿੰਦੇ ਹੁੰਦੇ ਸਨ ਤੇ ਮੇਰਾ ਇਹਨਾਂ ਨਾਲ ਇੱਕ ਦੋ ਵਾਰੀ ਮਿਲਣ ਦਾ ਮੌਕਾ ਮਿਲਿਆ ਜੀ ਤੇ ਬਾਕੀ ਮੈਂ ਥੋੜੀ ਦੇਰ ਰਿਹਾ 6 ਸਾਲ ਅਫਰੀਕਾ ਦੇ ਵਿੱਚ ਅੱਛਾ ਤੇ ਜਦ ਮੇਰਾ ਵਿਆਹ ਹੋਇਆ 58 ਤੇ ਮੇਰੀ ਵਾਈਫ ਨਾ ਮੇਰਾ ਡੋਲਾ ਚੱਕ ਕੇ ਅਫਰੀਕਾ ਲੈ ਗਈ ਤੁਹਾਡਾ ਡੋਲਾ ਚੱਕ ਕੇ ਅੱਛਾ ਇਹ ਵਧੀਆ ਯਾਰ ਬਹੁਤ ਅੱਛੀ ਗੱਲ ਕੀਤੀ ਬਾਕੀ ਚਮਨ ਉਹਨਾਂ ਨੇ ਮੈਨੂੰ ਰੇਡੀਓ ਤੋਂ ਨਸ਼ਰ ਕੀਤਾ ਉਹਨਾਂ ਦੀ ਬਹੁਤ ਮਿਹਰਬਾਨੀ ਨਸ਼ਰ ਕੀਤਾ ਲਵ ਤੁਸੀਂ ਸਮਝ ਗਏ ਹਾਂਜੀ ਹਾਂਜੀ ਇੰਦਰਜੀਤ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਹਾਂਜੀ ਉਹ ਇਹ ਹੈ ਕਿ ਮੈਂ ਉੱਥੇ ਦੱਸਣਾ ਜੇ ਚਾਹੁੰਦਾ ਕਿ ਮੈਂ ਉੱਥੇ ਰਿਹਾ ਤਕਰੀਬਨ 6 ਸਾਲ ਬਹੁਤਾ ਅਰਸਾ ਜ਼ਿਆਦਾ ਨਹੀਂ ਰਿਹਾ ਉੱਥੇ ਮੈਂ ਰੇਲਵੇ 'ਚ ਕੰਮ ਕਰਦਾ ਸੀ ਅੱਛਾ ਜੀ ਤੇ ਰੇਲਵੇ 'ਚ ਉੱਥੇ ਅਫਰੀਕਨਾਈਜ਼ ਪੋਸਟ ਹੋ ਗਈ ਜਦ ਦਸੰਬਰ 'ਚ ਉਹਨਾਂ ਨੂੰ ਆਜ਼ਾਦੀ ਮਿਲੀ ਨਾ ਤੇ ਉਹ ਸਾਡੀ ਅਫਰੀਕਨਾਈਜ਼ ਪੋਸਟ ਹੋ ਗਈ ਤੇ ਸਾਡੇ ਕੋਲ ਕੋਈ ਚਾਰਾ ਨਹੀਂ ਸੀ ਸਾਥੀ ਸਾਹਿਬ ਤੇ ਸਾਡੇ ਕੋਲ ਬ੍ਰਿਟਿਸ਼ ਪਾਸਪੋਰਟ ਸੀਗਾ ਤੇ ਬਜਾਏ ਅਸੀਂ ਇੰਡੀਆ ਤੋਂ ਜਾਣ ਇੱਥੇ ਆ ਗਏ ਇੱਥੇ ਆ ਕੇ ਜਿੱਦਾਂ ਪਤਾ ਸਾਰਿਆਂ ਨੇ ਮਿਹਨਤ ਕੀਤੀ ਆਪਾਂ ਫੈਕਟਰੀਆਂ 'ਚ ਵੀ ਕੰਮ ਕੀਤਾ ਤੇ ਮੈਂ ਇਹ ਕਹਿਣਾ ਚਾਹੁੰਦਾ ਹਾਲੇ ਵੀ ਨਰੋਬੀ ਦੀਆਂ ਯਾਦਾਂ ਬਹੁਤ ਮੇਰੇ ਦਿਮਾਗ ਜ਼ਹਿਨ ਵਿੱਚ ਬਹੁਤ ਨੇ ਪਰ ਮੈਂ ਉੱਥੇ ਇਹ ਗੱਲ ਦੇਖੀ ਆ ਵੀ ਉੱਥੇ ਯੂਨਿਟੀ ਬਹੁਤ ਸੀਗੀ ਆਪਣੇ ਠੀਕ ਆ ਥੋੜੇ ਲੋਕੀ ਸੀਗੇ ਪਰ ਯੂਨਿਟੀ ਆਪਣੀ ਬਹੁਤ ਸੀ ਉੱਥੇ ਯੂਨਿਟੀ ਇੱਥੇ ਵੀ ਤੇ ਉਹੀ ਚੱਲੀ ਜਾਂਦੀ ਹੈ ਨਾ ਤੇ ਕੋਈ ਵੀ ਕੋਈ ਬੰਦੇ ਦੀ ਡੈਥ ਹੋ ਜਾਂਦੀ ਸੀ ਨਾ ਉੱਥੇ ਅਨਾਉਂਸਮੈਂਟ ਕਰਦੇ ਸੀ ਫਲਾਨਾ ਬੰਦਾ ਮਰ ਗਿਆ ਹਾਂ ਠੀਕ ਹੈ ਉਹ ਫਿਰ ਥੋੜੀ ਕਮਿਊਨਿਟੀ ਸੀ ਔਰ ਵੌਇਸ ਆਫ ਕੀਨੀਆ ਦਾ ਵੀ ਬੜਾ ਯੋਗਦਾਨ ਹੈ ਜੀ ਇਹ ਗੱਲ ਸਹੀ ਹੈ ਉਹ ਜਿਹੜੀ ਚੀਜ਼ ਹੈਗੀ ਸੀ ਨਾ ਉਹ ਇਕੱਠੇ ਰੱਖਦੀ ਸੀ ਸਾਰੇ ਕਮਿਊਨਿਟੀ ਨੇ ਮਗਰ ਉਹਦੇ 'ਚ ਇੱਕ ਹੋਰ ਦੋ ਚਾਰ ਹੋਰ ਚੀਜ਼ਾਂ ਵੀ ਸਨ ਇੱਕ ਤੇ ਇੰਦਰਜੀਤ ਜੀ ਮੈਂ ਜਾਣਦੇ ਹੋਣੇ ਮੇਰੇ ਬ੍ਰਦਰ ਇਨ ਲਾ ਹੈਗੇ ਨੇ ਰਤਨ ਸਿੰਘ ਜੀ 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 ਇਹਦੇ ਨਾਲ ਜਾਣਦੇ ਹੋ ਵੀ ਐਜ਼ ਅ ਪ੍ਰਿੰਸੀਪਲ ਰਹੇ ਨੇ ਜੀ ਜੀ ਮੈਂ ਜਾਣਦਾ ਨੋਟਿੰਗਮ ਰਹਿੰਦੇ ਜਿਹੜੇ ਉਹਨਾਂ ਨੂੰ ਪਤਾ ਨੋਟਿੰਗਮ ਰਹਿੰਦੇ ਨੇ ਹਾਂਜੀ ਹਾਂ ਨੋਟਿੰਗਮ ਹੁੰਦੇ ਹਾਂ ਦੇਖੋ ਇੰਦਰਜੀਤ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਹੈ ਇੱਕ ਤੇ ਇਹ ਗੱਲ ਹੈ ਕਿ ਈਸਟ ਅਫਰੀਕਾ ਤੋਂ ਜਿੰਨੇ ਵੀ ਏਸ਼ੀਅਨ ਆਪਣੇ ਆਏ ਹੈ ਉਹ ਜ਼ਰੂਰੀ ਨਹੀਂ ਕਿ ਫੈਕਟਰੀਆਂ 'ਚ ਉਹਨਾਂ ਨੂੰ ਮਿਹਨਤ ਕਰਨੀ ਪਈ ਬੈਂਕ 'ਚ ਜਿੰਨੇ ਕੰਮ ਕਰਦੇ ਸੀ ਨਾਇਰੋਬੀ 'ਚ ਜਾਂ ਮੰਬਾਸੇ ਜਾਂ ਕਿਸੂਮੋ ਜਾਂ ਕੰਪਾਲੇ ਜਾਂ ਦਾਰਸਲਾਮ 'ਚ ਬਹੁਤ ਸਾਰੇ ਲੋਕ ਉਹ ਬੈਂਕਿੰਗ 'ਚ ਹੀ ਇੱਥੇ ਆ ਕੇ ਕੰਮ ਕਰਨਾ ਸ਼ੁਰੂ ਉਹਨਾਂ ਨੇ ਕਰ ਦਿੱਤਾ ਉਹਨਾਂ ਨੂੰ ਨੌਕਰੀਆਂ ਮਿਲ ਗਈਆਂ ਮੇਰੇ ਵਰਗੇ ਜਿਹੜੇ ਸਕੂਲ ਟੀਚਰ ਸਨ ਉਹਨਾਂ ਨੂੰ ਸਕੂਲ ਟੀਚਿੰਗ ਜੋਬਸ ਮਿਲ ਗਈਆਂ ਸੀਗੀਆਂ ਜਿਹੜੇ ਕਲਾਰਕ ਸਨ ਉਹਨਾਂ ਨੂੰ ਉਹ ਮਿਲ ਗਈਆਂ ਜਿਹੜੇ ਸੋਲੀਸੀਟਰਸ ਜਾਂ ਕੁਆਲੀਫਾਈਡ ਲੋਕ ਸਨ ਡਾਕਟਰ ਸਨ ਅਤੇ ਕੁਆਲੀਫਾਈਡ ਸੋਲੀਸੀਟਰਸ ਲੋਇਰਸ ਉਹਨਾਂ ਨੂੰ ਉਹੀ ਜੋਬਸ ਮਿਲ ਗਈਆਂ ਜ਼ਰੂਰੀ ਨਹੀਂ ਹੈ ਕਿ ਉਹ ਮਿਹਨਤ ਉੱਥੇ ਇੱਥੇ ਨਹੀਂ ਕਰਨੀ ਚਾਹੁੰਦਾ ਵੀ ਠੀਕ ਹੈ ਸਾਡੇ ਕੋਲ ਮਹਿੰਦਰ ਸਿੰਘ ਹੈਗਾ ਰੀਲ ਸਾਹਿਬ ਸਾਡੇ ਤੁਸੀਂ ਵੀ ਸੁਣਿਆ ਨਾ ਇੱਥੇ ਬੈਂਕ 'ਚ ਕਾਫੀ ਅੱਛੀ ਜੋਬ ਸੀ ਉਹਦੀ ਲਿਮਿਟਲੈਸ ਅਪਰਚੁਨਿਟੀਜ਼ ਹੈ ਔਰ ਤੁਹਾਨੂੰ ਮੌਕਾ ਮਿਲਦਾ ਕਿ ਤੁਸੀਂ ਅੱਗੇ ਵੱਧ ਸਕੋ ਜਿਸ ਤਰ੍ਹਾਂ ਪਹਿਲਾਂ ਡਾਕਟਰ ਸਾਹਿਬ ਵੀ ਆਏ ਸੀ ਔਰ ਡਾਕਟਰ ਸਾਹਿਬ ਨੇ ਵੀ ਇਹੀ ਗੱਲ ਕਹੀ ਸੀ ਕਿ ਇਹਨਾਂ ਲੋਕਾਂ ਦੇ ਨਾਲ ਕੰਪੀਟ ਕਰਨ ਵਾਸਤੇ ਯੂ ਸ਼ੁੱਡ ਐਜੂਕੇਟ ਯੋਰ ਸੈਲਫ